अवल अल्लाह नूर उपाया कुदरत के सब बंदे एक नूर ते सब जग उपजा कौन पले को मंदे। आज 10 दिसंबर नू खालसा कॉलेज ऑफ एजुकेशन विखे असी सब ह्यूमन राइट्स डे नू सेलिब्रेट करन दे लई इकत्तर होए हाँ, जिस विच उचेचे तौर ते प्रोफेसर दविंदर सिंह डीन रजिस्ट्रार खालसा कॉलेज अमृतसर साडे विच एज ए रिसोर्स पर्सन पहुंचे हन। ਉਹਨਾਂ ਦੇ ਇੱਥੇ ਪਹੁੰਚਣ 'ਤੇ ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਸਾਡੇ ਵਿੱਚ ਖਾਲਸਾ ਕਾਲਜ ਦੀ ਨਾਮਵਰ ਸ਼ਖਸੀਅਤ ਜੋ ਗਿਆਨ ਦੇ ਵਿੱਚ ਗਦ ਗਦ ਹਨ ਅਤੇ ਜਿਨ੍ਹਾਂ ਨੇ ਅਨੇਕ ਹੀ ਵਿਸ਼ਿਆਂ 'ਤੇ ਲੈਕਚਰ ਦਿੱਤੇ ਅਤੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਆਪਣੇ ਨਾਟਕ ਲਿਖੇ ਅਤੇ ਹੋਰ ਵੀ ਕਈ ਪੱਖਾਂ 'ਤੇ ਆਪਣੀ ਕਲਮ ਚਲਾਈ। ਸੋ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਤੌਰ ਡੀਨ ਅਤੇ ਰਜਿਸਟਰਾਰ ਕਲਚਰ ਐਕਟੀਵਿਟੀਜ਼ ਯੂਥ ਵੈਲਫੇਅਰ ਡਿਪਾਰਟਮੈਂਟ ਵਿੱਚ ਸੇਵਾਵਾਂ ਨਿਭਾ ਰਹੇ ਹਨ। ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਅਤੇ ਮੈਂ ਉਹਨਾਂ ਦੇ ਇੱਥੇ ਪਹੁੰਚਣ 'ਤੇ ਕਾਲਜ ਅਤੇ ਸਮੂਹ ਸਟਾਫ ਵੱਲੋਂ ਜੀਵਾਇਆਂ ਨੂੰ ਕਹਿੰਦੀ ਹਾਂ। ਥੋੜ੍ਹੇ ਸ਼ਬਦਾਂ ਵਿੱਚ ਸਾਰ ਬਾਰੇ ਦੱਸਣਾ ਬੜਾ ਔਖਾ ਕਾਰਜ ਹੈ, ਪਰ ਫਿਰ ਵੀ ਉਹਨਾਂ ਦੇ ਕੀਤੇ ਹੋਏ ਕਾਰਜਾਂ ਬਾਰੇ ਕੁਛ ਪੰਛੀ ਝਾਤ ਪਾਉਂਦੇ ਹਾਂ। ਸਰ ਉਹਨਾਂ ਨੇ MA ਪੋਲੀਟੀਕਲ ਸਾਇੰਸ, MA ਪੰਜਾਬੀ, MPhil ਕੀਤੀ ਹੋਈ ਹੈ ਅਤੇ PhD ਕਰ ਰਹੇ ਹਨ। ਹਿਊਮਨ ਰਾਈਟਸ ਅਤੇ ਹੋਰ ਵਿਸ਼ਿਆਂ 'ਤੇ ਇਹਨਾਂ ਨੇ ਉੱਚ ਪੱਧਰ 'ਤੇ ਪੱਤਰ ਲਿਖੇ ਹੋਏ ਹਨ ਅਤੇ ਨਾਮਵਰ ਜਰਨਲਸ ਦੇ ਵਿੱਚ ਬਹੁਤ ਰਿਸਰਚ ਪੇਪਰ ਵੀ ਪਬਲਿਸ਼ ਕੀਤੇ ਹੋਏ ਹਨ, ਜਿਸ ਨਾਲ ਹੀ ਹਿਊਮਨ ਰਾਈਟਸ ਕੰਟੈਂਪਰਰੀ ਕੰਸਰਨਸ ਦੇ ਉੱਪਰ ਵੀ ਇੱਕ ਕਿਤਾਬ ਲਿਖੀ ਹੋਈ ਹੈ। ਇਸ ਤੋਂ ਇਲਾਵਾ ਸਰ ਉਹਨਾਂ ਨੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ 10 ਦੇ ਕਰੀਬ ਪਲੇਅ ਲਿਖੇ ਹੋਏ ਹਨ, ਜਿਨ੍ਹਾਂ ਵਿੱਚੋਂ ਬਿਸਮਾਤ, ਸਿੰਧਾਰਾ ਨੈਸ਼ਨਲ ਅਵਾਰਡ ਵਿਨਿੰਗ ਪਲੇਅਜ਼ ਹਨ। ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਸਰ ਹੁਣੇ ਆਪਣੇ ਚੁਨਿੰਦਾ ਵਿਸ਼ੇ ਸਟੇਟ ਮਾਰਕੀਟ ਐਂਡ ਹਿਊਮਨ ਰਾਈਟਸ 'ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਬਹੁਤ ਸ਼ੁਕਰੀਆ ਮੈਡਮ। ਮੈਡਮ ਡਾਕਟਰ ਹਰਪ੍ਰੀਤ ਕੌਰ ਜੀ ਅਤੇ ਉਹਨਾਂ ਦੇ ਸਾਰੇ ਕਲੀਗ ਪ੍ਰੋਫੈਸਰ ਸਾਹਿਬਾਨ, ਅਸੀਂ ਜਿਹੜੇ ਵਿਸ਼ੇ 'ਤੇ ਬੋਲ ਰਹੇ ਹਾਂ ਅੱਜ ਅਸੀਂ ਇਕੱਠੇ ਹੋਏ ਹਾਂ, ਤੁਹਾਨੂੰ ਸਾਰਿਆਂ ਨੂੰ ਹਿਊਮਨ ਰਾਈਟਸ ਡੇ 'ਤੇ ਵਧਾਈਆਂ ਬਹੁਤ ਬਹੁਤ। ਇੱਕ ਛੋਟੀ ਜਿਹੀ ਕਰੈਕਸ਼ਨ, ਮੈਂ ਪੰਜਾਬੀ ਦੀ MA ਨਹੀਂ ਕੀਤੀ, ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਦੀ MA ਕੀਤੀ ਹੈ। ਅਤੇ ਐਨੀ ਹੋ, ਇਹ ਕਿ ਅਸੀਂ ਹਿਊਮਨ ਰਾਈਟਸ ਡੇ ਕਿਉਂ ਮਨਾਉਂਦੇ ਹਾਂ, ਇਹ ਕੀ ਹਿਊਮਨ ਰਾਈਟਸ ਹੁੰਦੇ ਕੀ ਨੇ, ਇਹ ਕੀ ਕੋਨਸਟੀਟਿਊਸ਼ਨ ਦੇ ਵਿੱਚ ਕੀ ਪ੍ਰਾਵਧਾਨ ਨੇ, ਇਹ ਸਾਰੇ ਕੁਛ ਦੇ ਉੱਤੇ ਸ਼ਾਇਦ ਮੈਂ ਨਹੀਂ ਬੋਲ ਰਿਹਾ, ਕਿਉਂਕਿ ਇਹ ਬਹੁਤ ਸਤਹੀ ਗੱਲਾਂ ਨੇ। ਜਿਹੜੇ ਇਸ ਵੇਲੇ ਜੋ ਰੈਲੇਵੈਂਟ ਗੱਲ ਹੈ ਹਿਊਮਨ ਰਾਈਟਸ ਦੀ, ਉਹ ਉਹਨਾਂ ਦੀ ਪ੍ਰੈਕਟੀਕੇਬਿਲਿਟੀ 'ਤੇ ਹੈ। ਔਰ ਜੋ ਮੁਸ਼ਕਲਾਂ ਦਰਪੇਸ਼ ਆਉਂਦੀਆਂ, ਤਮਾਮ ਕਾਨੂੰਨ ਬਣੇ ਹੋਏ ਨੇ, ਤਮਾਮ ਡੈਕਲਰੇਸ਼ਨਸ ਨੇ, ਜਿੱਦਾਂ UN ਡੈਕਲਰੇਸ਼ਨ ਅੱਜ ਦੇ ਦਿਨ 'ਚ ਹੋਈ ਸੀ ਉਹ ਸਾਡੇ ਕੋਲ ਹੈ, ਉਹਦੇ ਬਾਵਜੂਦ ਹਿਊਮਨ ਰਾਈਟਸ ਦਾ ਹਨਨ ਵੱਧਦਾ ਜਾ ਰਿਹਾ। ਇਹਦੇ ਇਨਫਰਿੰਜਮੈਂਟ ਜਿਹੜੀ ਆ ਆਮ ਹੈ, ਇੰਡੀਵਿਜੁਅਲ ਲੈਵਲ 'ਤੇ ਵੀ, ਸਟੇਟ ਲੈਵਲ 'ਤੇ ਵੀ, ਔਰ ਹੁਣ ਮਾਰਕੀਟ ਲੈਵਲ 'ਤੇ ਵੀ। ਮੈਂ ਇਹ ਟੋਪਿਕ ਬੜਾ ਡੈਲੀਬਰੇਟਲੀ ਲਿਆ ਹੈ ਕਿਉਂਕਿ ਅੱਜ ਦੇ ਜੋ ਵੀ ਹਾਲਾਤ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜਾਂ ਦਿੱਲੀ ਤੋਂ ਅੱਗੇ ਬਿਯੋਂਡ, ਅਸੀਂ ਬ੍ਰੈਕਸਿਟ ਬੋਲ ਦੇਈਏ ਜਾਂ ਅਮੈਰੀਕਨ ਅਤੇ ਚਾਈਨਾ ਦੀ ਜਿਹੜੀ ਇਕਨੋਮਿਕ ਵਾਰਫੇਅਰ ਹੈ, ਉਹ ਸਾਰੇ ਕੁਛ ਦੇ ਵਿੱਚ ਅਸੀਂ ਗੱਲ ਕਰਾਂਗੇ। ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਬਹੁਤ ਸਿੰਪਲ ਰੱਖ ਕੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਸਭ ਤੋਂ ਪਹਿਲਾਂ ਹਿਊਮਨ ਰਾਈਟਸ ਦੇ ਕੰਸੈਪਟ ਬਾਰੇ ਛੋਟਾ ਜਿਹਾ ਸਾਰਾਂਸ਼, ਕਿ ਜੋ ਓਰੀਐਂਟਲ ਕੰਸੈਪਟ ਹੈ ਹਿਊਮਨ ਰਾਈਟ ਦਾ ਔਰ ਜੋ ਵੈਸਟਰਨ ਕੰਸੈਪਟ ਹੈ, ਇਹਨਾਂ 'ਚ ਫਰਕ ਹੈ। ਵੈਸਟ ਦੇ ਵਿੱਚ ਅਸੀਂ ਜੋ ਸਾਡੇ ਕੋਲ ਹਿਊਮਨ ਰਾਈਟਸ ਦਾ ਕੰਸੈਪਟ ਆ ਰਿਹਾ ਮਨੁੱਖੀ ਅਧਿਕਾਰਾਂ ਦਾ, ਉਹ ਸਾਨੂੰ ਵੈਸਟ ਤੋਂ ਮਿਲਿਆ। ਸਾਡੇ ਕੋਨਸਟੀਟਿਊਸ਼ਨ ਦੇ ਵਿੱਚ ਵੀ ਜੋ ਕੁਛ ਵੀ ਸ਼ਾਮਿਲ ਕੀਤਾ ਗਿਆ ਉਹ ਵੈਸਟਰਨ ਮਾਡਲ ਹੈ। ਉਹਦੇ ਵਿੱਚ ਅਤੇ ਸਾਡੇ ਮਾਡਲ ਦੇ ਵਿੱਚ ਕੀ ਫਰਕ ਹੈ? ਸਾਡਾ ਮਾਡਲ ਹੈ, ਜਦੋਂ ਗੀਤਾ ਬੋਲਦੀ ਹੈ ਕਿ ਕਰਮਣਯਮੇਵ ਅਧਿਕਾਰਸ ਤੇ ਮਾ ਫਲੇਸ਼ੂ ਕਦਾਚਨਾ, ਜਾਂ ਕਿ ਗੁਰੂ ਨਾਨਕ ਸਾਹਿਬ ਬੋਲਦੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸਕਾ, ਇਹ ਸਾਡਾ ਮਾਡਲ ਇਹ ਹੈ। ਜਿਹਦੇ ਵਿੱਚ ਜੇ ਗੀਤਾ ਦੇ ਅਨੁਸਾਰ ਚੱਲੀਏ ਤਾਂ ਅਧਿਕਾਰ ਤੇਰਾ ਹੈ ਸਿਰਫ ਇੱਕੋ ਇੱਕ, ਉਹ ਕਿਹੜਾ ਹੈ? ਉਹ ਤੇਰਾ ਕਰਮ।
मतलब तेरी ड्यूटी ही तेरा अधिकार है, उसके बियॉन्ड तेरा कोई अधिकार नहीं है। और इस तरह गुरु नानक साहब की जो गल करिए तो वो अपने हक की नहीं गल बोल रहे, वो हक पराया पराए के हक की गल बोल रहे हैं। मतलब साढ़े ईस्ट के अधिकारों उस तरह नहीं लिया, अधिकारों दूसरों के लिहाज न देख के लिया, मैं दे लिहाज इंडिविजुअल के पॉइंट ऑफ व्यू तो नहीं है, ये समाज के पॉइंट ऑफ व्यू तो है, कलैक्टिवनैस हैगी अप्रोच दे विच। ते दूसरी गल ये साढ़े इतने अधिकार पहला कर्तव्य आते हैं फिर अधिकार आते हैं, कि तुसी जो कमाया जो बीजे सोई लूने उ तुहानू मिलिया। ठीक, वैसट के इदा नहीं है, जो असं अपने स्टूडेंट्स को पढ़ाने वैसटर्न कंसैप्ट ऑफ राइट्स एंड ड्यूटी, तो असं ड्यूटी बारे दसते हैं कि एक डैट है, डैट तो ड्यूटी बनिया, कि ये वो करजा है समाज के राज के प्रति जोड़ा उन्होंने सानू अधिकार दिते सी उहदे एवज दे विच असी ड्यूटियां निभा रहे, उत्थे अधिकार पहला हुंदे कि सानू की मिलिया असी उस हिसाब नाल तुहानू देवांगे, मगर साडी सोसाइटी विच ये है कि असी की दिंदे आ उस हिसाब नाल असी लवांगे। तो बहुत फर्क है, जो वैसटर्न कंसैप्ट है उहदे विच इंडिविजुअल इंडिविजुअलिस्टिक अप्रोच है, व्यक्तिगत नज़रिया उहदे विच। तो पर फिर भी भाग कह लीए या दुर्भाग कह लीए कि असी जो पढ़ते पढ़ाने वो वैसटर्न कंसैप्ट ही पढ़ते हैं, साढ़े कॉन्स्टिट्यूशन के भी जा जो भी अज जो पैराडाइम सिरजिया होया वो वैसटर्न पैराडाइम है। ईवन चाहे पोलिटिकल साइंस पढ़िए, चाहे कोई भी मॉडल, चाहे लिटरेचर के क्रिटीक पढ़िए, वो सानू ज़्यादातर वैसटर्न नज़रिए ही मिलते हैं। तो आप उस नज़रिए तो भी गल करेंगे, क्योंकि उस नज़रिए ने सानू प्रभावित किया, साड़ियां सरकारां दियां नीतियां नू प्रभावित किया, तो असं उस नज़रिए तो ही गल करेंगे। असं गल करते हैं कि ये अधिकारां दा जिहड़ा कंसैप्ट इवॉल्व होया वैस्ट दे विच, पुराना यूनान रोमन पीरियड छड़ दो, क्योंकि जो मॉडर्न कंसैप्ट ऑफ राइट है वह डिवेलप हुंदा है विद द एवोल्यूशन ऑफ स्टेट, मॉडर्न स्टेट जिदा जिदा डिवेलप हुंदा है, मॉडर्न स्टेट जिहदे विच सोवरेनिटी है, प्रभुसत्ता है, जिहदे कोल लेजिटिमेसी है, उचितता है, जिहदे कोल ताकत है, फोर्स है, तुहानूं सप्रेसिव कोअर्सिव फोर्स जिहनूं असीं कहिंदे पोलिटिकल साइंस विच, वो जबरी शक्ति है उहदे कोल। तो असीं राज तों राज नूं बहुत सारे काम दित्ते, इहदे पिछे असीं जे चल जाईए तो सोशल कॉन्ट्रैक्ट थ्योरी, समाजिक समझौते दा सिद्धांत, तुसीं अपने एजुकेशन दे विच भी लॉक नूं पढ़दे हो तो लॉक का सिद्धांत भी आता है ये विच, सोशल कॉन्ट्रैक्ट दे विच। तो जिहड़ा सोशल कॉन्ट्रैक्ट है, शब्द कॉन्ट्रैक्ट है कि असी राज नाल एक समझौता करके राज नूं बनाया, और राज दे नाल असी एक समझौते विच बचे हुए हैं कि वह सानूं आ चीज़ां देगा, इन्हां चीज़ां की राखी करेगा, तो बदले में असी उहदा कहना मन्नांगे, बदले में वह सानूं कमांड कर सकता है। तो ये एक असी लैण देण डिसाइड किया हुआ, और राज का जो ये रूप आता है तो असी राज तों मंगी सुरक्षा, ठीक है, कि सानूं दुश्मनों तों सुरक्षा दे, असी मंगिया लॉ एंड ऑर्डर कि सानूं समाज के अंदर पीसफुली रहण की सुरक्षा दे, और असी अपने अधिकार अधिकारां दी सुरक्षा मंगे, अधिकार नहीं मंगे, क्योंकि सोशल कॉन्ट्रैक्ट थ्योरी मानती है कि अधिकार पहलों तो ही मौजूद ने तुहाडे कोल, राज केवल उन्हां नूं मानता दे के फिर उन्हां दी राखी करता है। ठीक है जी, इस दे विच की हुंदा है कि जदों असी स्टेट बना लैंदे हां तां स्टेट नूं पावर्स दे दिंदे हां, चाहे वह रूसो है या हॉब्स है, असी स्टेट नूं पावर दे दें, फिर खदशा ये पैदा हुंदा है कि ये पावर्स खतरनाक ना हो। जदों शुरू शुरू के असी सिलेंडर लिया चुल्हे छड़ के, है ना, गैस सिलेंडर, तो सानू बच्चों के तौर पर बड़ा डर लगता हों कि ये फुट ना जाए, ऐदा ना हो जाए, कोई भी सहूलत मिलती है सानू रेपरकशंस, है ना, तुसी माइक्रोवेव भी यूज़ करते हो, तुसी हाथ वाला पौना यूज़ करते हो, ग्लव यूज़ करते हो ताकि तुसी सेफ होवो। तो सानू भी सेफ्टी रखनी है राज के प्रति कि उहदियां पावर्स जिहड़ियां ने उह इनफ्रिंज ना कर दे, वो जे स्टैप ने वोडे पैर के उत्ते अपने पैर ना कि रख दे, मिध ना दे राज, तो राज दे प्रति एक सुरक्षा रखनी है। इस करके उस समझौते अधिकारां दा प्रोविजन पाया गया कि अधिकार की राखी, अधिकार नू डिफाइन ही इस तरह किया जाता है
ਹੁਣ ਮੈਂ ਆਪਣੀ ਡੈਫੀਨੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਿ ਅਧਿਕਾਰ ਤੁਹਾਡੇ ਉਹ ਖੇਤਰ ਨੇ ਜਿਨ੍ਹਾਂ ਦੇ ਵਿੱਚ ਰਾਜ ਦਖਲ ਨਹੀਂ ਦੇ ਸਕਦਾ। ਉਹ ਤੁਹਾਨੂੰ ਰਾਜ ਨੇ ਇੱਕ ਤਰ੍ਹਾਂ ਦੇ ਸੇਫ ਗਾਰਡਸ ਦਿੱਤੇ ਹੋਏ ਕਿ ਮੈਂ ਦਿਸ ਫਾਰ ਜਾਵਾਂਗਾ, ਇਸ ਤੋਂ ਫਰਦਰ ਨਹੀਂ ਜਾਵਾਂਗਾ, ਅਤੇ ਤੁਸੀਂ ਇਹ ਘੇਰੇ ਤੁਹਾਡੇ ਨੇ, ਤੁਸੀਂ ਮਹਿਫੂਜ਼ ਰਹੋਗੇ। ਤੋ ਇਹ ਚੀਜ਼, ਹਾਂ ਇਹ ਗੱਲ ਵੱਖਰੀ ਹੈ ਕਿ ਕੁਛ ਥਿੰਕਰ ਬੰਦੇ ਨੂੰ ਜ਼ਿਆਦਾ ਅਧਿਕਾਰ ਦੇ ਦਿੰਦੇ ਆ, ਬੰਦੇ ਨੂੰ ਜ਼ਿਆਦਾ ਘੇਰਾ ਦੇ ਦਿੰਦੇ ਆ, ਔਰ ਇਹ ਡਿਬੇਟ ਉੱਥੋਂ ਹੀ ਸ਼ੁਰੂ ਹੋ ਗਈ। ਰਾਜ ਕਿੱਥੇ ਖਤਮ ਹੋਏਗਾ ਅਤੇ ਇੰਡੀਵਿਜੁਅਲ ਕਿੱਥੋਂ ਸ਼ੁਰੂ ਹੋਏ, ਇਹ ਡਿਬੇਟ ਅਸੀਂ ਉਦੋਂ ਤੋਂ ਚੱਲੀ ਆ ਰਹੀ ਹੈ। ਮਗਰ ਹੁਣ ਆਪਾਂ ਗੱਲ ਕਰਦੇ, ਮੇਰਾ ਟੋਪਿਕ ਹੈਗਾ ਮਾਰਕੀਟ ਦਾ, ਜਦੋਂ ਦੀ ਅਸੀਂ ਗੱਲਾਂ ਕਰ ਰਹੇ ਹਾਂ ਉਦੋਂ ਮਾਰਕੀਟ ਕਿਤੇ ਨਹੀਂ ਹੈ। ਹਾਂ ਇਕਨੋਮਿਕ ਫੋਰਸਿਸ ਜ਼ਰੂਰ ਨੇ ਜਿਨ੍ਹਾਂ ਦੇ ਕਰਕੇ ਸੋਸ਼ਲ ਕੰਟਰੈਕਟ ਹੋਏ ਜਾਂ ਹੋਰ ਸਾਰਾ ਕੁਛ, ਅਤੇ ਜੇ ਅਸੀਂ ਮਾਰਕੀਟ ਇੱਕ ਲਿਬਰਲਿਜ਼ਮ ਜਿਹਨੂੰ ਕਹਿੰਦੇ ਹਾਂ ਉਹ ਸ਼ੁਰੂ ਹੁੰਦੀ ਹੈ ਅਤੇ ਉਹ ਲੋਕ ਤੋਂ ਸ਼ੁਰੂ ਹੁੰਦੀ ਹੈ, ਉਹਨੂੰ ਅਸੀਂ ਫਾਦਰ ਆਫ ਲਿਬਰਲਿਜ਼ਮ ਕਹਿੰਦੇ ਹਾਂ, ਔਰ ਲੋਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਅਧਿਕਾਰਾਂ ਦੇ ਇਸ ਨੈਕਸਿਸ ਨੂੰ ਅਸੀਂ ਸਮਝ ਸਕਾਂਗੇ। ਮੈਂ ਅੱਜ ਦੇ ਜ਼ਮਾਨੇ 'ਚ ਆਵਾਂਗਾ ਜਲਦੀ ਹੀ, ਅਤੇ ਅਸੀਂ ਜਦੋਂ ਮਾਰਕੀਟ ਦੀ ਗੱਲ ਕਰਦੇ ਹਾਂ, ਦੇਖੋ ਇਸ ਤਰ੍ਹਾਂ ਕਿ ਜਦੋਂ ਰਾਜ ਸ਼ੁਰੂ ਹੋਇਆ ਉਦੋਂ ਰਾਜ ਸੀ ਅਤੇ ਇੰਡੀਵਿਜੁਅਲ ਸੀ, ਬਸ ਇਹ ਇਕੁਏਸ਼ਨ, ਇਹਦੇ ਬਾਰੇ 'ਚ ਇਹਦੇ ਆਲੇ ਦੁਆਲੇ ਸਾਰੀਆਂ ਥਿਓਰੀਆਂ ਬੁਣੀਆਂ ਗਈਆਂ, ਉਹ ਸਾਰਾ ਕੁਛ ਹੋਇਆ। ਮਗਰ ਉਸ ਤੋਂ ਬਾਅਦ ਵਿੱਚ ਕਾਰਲ ਮਾਰਕਸ ਸੀਨ 'ਤੇ ਆਉਂਦਾ, ਔਰ ਉਹਨੇ ਇੰਡੀਵਿਜੁਅਲ ਦੀ ਜਗ੍ਹਾ ਕਲਾਸ ਨੂੰ ਦਿੱਤੀ, ਉਹਨੇ ਇੱਕ ਗਰੁੱਪ ਐਂਟੀਟੀ ਨੂੰ ਸੋਸ਼ਲ ਦੀ ਐਸਪੈਕਟ ਦਿੱਤਾ। ਸੋ ਜਿਹੜੇ ਫਸਟ ਜਨਰੇਸ਼ਨ ਰਾਈਟ ਸੀ, ਰਾਈਟ ਦੀ ਤਿੰਨ ਜਨਰੇਸ਼ਨ ਮਿੱਥਦੇ ਆ ਜ਼ਿਆਦਾਤਰ, ਫਸਟ ਜਨਰੇਸ਼ਨ ਰਾਈਟ, ਸੈਕਿੰਡ ਜਨਰੇਸ਼ਨ ਐਂਡ ਥਰਡ ਜਨਰੇਸ਼ਨ ਰਾਈਟ। ਤੋ ਜਿਹੜੇ ਫਸਟ ਜਨਰੇਸ਼ਨ ਰਾਈਟ ਸੀ ਉਹ ਸੀ ਇੰਡੀਵਿਜੁਅਲ ਦੀ, ਉਹਦੇ ਕਲਚਰਲ ਰਾਈਟਸ, ਉਹਦੇ ਪੋਲੀਟੀਕਲ ਰਾਈਟਸ, ਉਹਦੀ ਸੋਚ ਦਾ ਅਧਿਕਾਰ, ਉਹਦੇ ਧਰਮ ਦਾ ਅਧਿਕਾਰ ਵਗੈਰਾ ਵਗੈਰਾ। ਮਗਰ ਜਿਹੜਾ ਸੈਕਿੰਡ ਜਨਰੇਸ਼ਨ ਰਾਈਟ ਹੁੰਦਾ ਉਹ ਮਾਰਕਸ ਦੇ ਆਉਣ ਦੇ ਬਾਅਦ ਵਿੱਚ ਆਉਂਦਾ, ਉਹ ਹੈਗੇ ਸੋਸ਼ੀਓ ਇਕਨੋਮਿਕ ਰਾਈਟਸ। ਠੀਕ ਹੈ, ਤੁਹਾਡੇ ਸਮਾਜਿਕ ਬਰਾਬਰੀ ਦਾ ਅਧਿਕਾਰ, ਤੁਹਾਡੀ ਆਰਥਿਕ ਸੁਰੱਖਿਆ ਦਾ ਅਧਿਕਾਰ, ਆਰਥਿਕ ਸੁਰੱਖਿਆ ਦਾ ਅਧਿਕਾਰ। ਤੋ ਇਹ ਕਾਰਲ ਮਾਰਕਸ ਤੋਂ ਸ਼ੁਰੂ ਹੁੰਦੇ ਨੇ, ਉਹ ਸੈਕਿੰਡ ਜਨਰੇਸ਼ਨ ਰਾਈਟ। ਅਤੇ ਥਰਡ ਜਨਰੇਸ਼ਨ ਰਾਈਟ ਰੀਸੈਂਟਲੀ 60s 50s ਤੋਂ ਸ਼ੁਰੂ ਹੋਏ, ਉਹਨਾਂ ਨੂੰ ਕਹਿੰਦੇ ਹਾਂ ਅਸੀਂ ਐਥਨਿਕ ਅਧਿਕਾਰ, ਕਿਸੇ ਇੱਕ ਗਰੁੱਪ ਦੇ ਕੋਲੈਕਟਿਵ ਕਲਚਰਲ ਤੌਰ ਦੇ ਉੱਤੇ ਅਧਿਕਾਰ। ਅਤੇ ਉੱਥੇ ਵੀ ਇੱਕ ਬੜੀਆਂ ਖੂਬਸੂਰਤ ਡਿਬੇਟਸ ਨੇ ਕਿ ਜਿੱਦਾਂ ਕਿ ਇੱਕ ਗਰੁੱਪ ਹੈ ਉਹਦਾ ਕੋਈ ਕਲਚਰਲ ਅਧਿਕਾਰ ਹੁੰਦਾ, ਜਿੱਦਾਂ ਸਿੱਖਾਂ ਦਾ ਆਪਾਂ ਕਹਿੰਦੇ ਜੀ ਵਾਲ ਰੱਖਣੇ, ਕੇਸ ਰੱਖਣੇ ਤੁਹਾਡਾ ਕਲਚਰਲ ਅਧਿਕਾਰ ਹੈ, ਮਗਰ ਇੱਕ ਵਿਅਕਤੀ ਕਹਿੰਦਾ ਕਿ ਮੈਂ ਤਾਂ ਵਾਲ ਕਟਾਉਣਾ ਚਾਹੁੰਦਾ, ਉਹ ਉਹਦਾ ਇੰਡੀਵਿਜੁਅਲ ਅਧਿਕਾਰ ਹੈ। ਸੋ ਐਥਨਿਕ ਅਧਿਕਾਰ ਅਤੇ ਇੰਡੀਵਿਜੁਅਲ ਅਧਿਕਾਰ ਕਈ ਵਾਰ ਟਕਰਾ ਦਿੰਦੇ ਆ। ਤੋ ਇੱਕ ਇੰਟਰਸਟਿੰਗ ਡਿਬੇਟਸ ਇੱਥੋਂ ਜਨਮ ਲੈਂਦੀਆਂ ਨੇ। ਇਸੇ ਤਰ੍ਹਾਂ ਹਰਿਆਣਾ ਦੀ ਖੱਪ ਪੰਚਾਇਤ ਦੇ ਵਿੱਚ ਗੋਤਰ ਦੇ ਅਧਿਕਾਰ ਅਤੇ ਫਿਰ ਬੱਚੇ ਬੱਚੀਆਂ ਦੇ ਆਪਸੀ ਵਿਆਹ ਕਰਾਉਣ ਦੇ ਅਧਿਕਾਰ, ਇੰਡੀਵਿਜੁਅਲ ਰਾਈਟ, ਇਹ ਆਪਸ ਵਿੱਚ ਟਕਰਾ ਜਾਂਦੇ ਆ। ਤੋ ਖੈਰ ਇਹ ਇਸ ਤੋਂ ਅੱਗੇ ਚੱਲੀਏ, ਇਹ ਸੈਕਿੰਡ ਜਨਰੇਸ਼ਨ ਰਾਈਟ ਸੀ ਐਥਨਿਕ। ਹੁਣ ਜਿਹਨੂੰ ਮੈਂ ਫੋਰਥ ਜਨਰੇਸ਼ਨ ਰਾਈਟ ਕਹਾਂਗਾ, ਉਹ ਰੀਸੈਂਟਲੀ ਜਦੋਂ ਗਲੋਬਲਾਈਜੇਸ਼ਨ ਤੋਂ ਬਾਅਦ ਵਿੱਚ ਉਹਨਾਂ ਨੇ ਜਨਮ ਲਿਆ, ਉਹ ਸੀ ਇੰਟਲੈਕਚੁਅਲ ਪ੍ਰੋਪਰਟੀ ਰਾਈਟ। ਔਰ ਜਿਹੜੀ ਸਾਰੀ ਮਾਰਕੀਟ ਜਿਹੜੀ ਉੱਥੇ ਟਿੱਕੀ ਹੋਈ ਹੈ ਇੰਟਲੈਕਚੁਅਲ ਪ੍ਰੋਪਰਟੀ ਰਾਈਟ, ਕਿ ਤੁਸੀਂ ਕੁਛ ਵੀ ਚੀਜ਼, ਕੋਈ ਖੋਜ ਕਰਦੇ ਹੋ, ਕੋਈ ਬੀਜ ਬਣਾਉਂਦੇ ਹੋ, ਕੋਈ ਵੀ, ਤਾਂ ਉਸ ਖੋਜ ਦੇ ਉੱਤੇ ਪੇਟੈਂਟ ਦਾ ਅਧਿਕਾਰ ਤੁਹਾਡਾ ਹੁੰਦਾ, ਔਰ ਉਸ ਨੂੰ ਜਿੰਨੀ ਵਾਰ ਵੀ ਵਰਤਿਆ ਜਾਏਗਾ, ਜਿੱਦਾਂ ਅੱਗੇ ਕਾਪੀਰਾਈਟ ਹੁੰਦੇ ਸੀ, ਜਿੰਨੀ ਵਾਰ ਕਿਤਾਬ ਛਪੇਗੀ ਤੁਹਾਨੂੰ ਉਹਦਾ ਮੁਆਵਜ਼ਾ ਮਿਲੇਗਾ, ਪੈਸੇ ਮਿਲਣਗੇ। ਅਤੇ ਇਸੇ ਤਰ੍ਹਾਂ ਇਹ ਇੰਟਲੈਕਚੁਅਲ ਪ੍ਰੋਪਰਟੀ ਰਾਈਟ ਹੈ, ਇਹਦੇ ਵਿੱਚ ਮਾਰਕੀਟ ਬਹੁਤ ਚਕੰਨੀ ਹੋ ਕੇ ਇਹ ਰਾਈਟਸ ਆਪਣੇ ਕੋਲ ਰੱਖਦੀ ਹੈ। ਜਦੋਂ ਮੈਂ ਮਾਰਕੀਟ ਬੋਲਦਾ ਤਾਂ ਉਹਦੇ ਵਿੱਚ ਇੰਡੀਵਿਜੁਅਲ ਫੋਰਸਿਸ ਘੱਟ ਨੇ, ਅੱਜ ਕੱਲ੍ਹ ਕਾਰਪੋਰੇਟ ਸੈਕਟਰ ਜ਼ਿਆਦਾ, ਮਲਟੀਨੈਸ਼ਨਲ ਕੰਪਨੀਜ਼ ਉਹ ਵੱਡੀ ਫੋਰਸ ਨੇ। ਤੋ ਆਪਾਂ ਜਲਦੀ ਹੀ ਉੱਥੇ ਵੀ ਆਉਂਦੇ ਹਾਂ। ਤੋ ਮੈਂ ਇਹ ਤੁਹਾਨੂੰ ਹਾਲੇ ਸਿਰਫ ਇੱਕ ਜਨਰੇਸ਼ਨ ਦੱਸੀ ਕਿ ਕਿਸ ਤਰ੍ਹਾਂ ਰਾਈਟਸ ਇਵੋਲਵ ਹੋਏ। ਹੁਣ ਮੈਂ ਆਪਣੇ ਮੁੱਦੇ 'ਤੇ ਆਉਂਦਾ। ਅੱਜ ਜਦੋਂ ਅਸੀਂ ਮਾਰਕੀਟ ਦੀ ਗੱਲ ਕਰਦੇ ਹਾਂ ਨਾ, ਅਸੀਂ ਜ਼ਿਆਦਾਤਰ ਗੱਲ ਕਰਦੇ ਹਾਂ ਕਿ ਬਾਜ਼ਾਰ ਇਜ਼ ਡਾਇਰੈਕਟਲੀ ਰਿਲੇਟਡ ਟੂ ਫਰੀਡਮ, ਸੁਤੰਤਰਤਾ ਹੈ, ਬਾਜ਼ਾਰ ਦੇ ਵਿੱਚ ਸੁਤੰਤਰਤਾ ਹੈ, ਹਰ ਕੋਈ ਬੰਦਾ ਜੋ ਚਾਹੇ ਖਰੀਦ ਸਕਦਾ ਹੈ, ਜਿੱਧਰ ਮਰਜ਼ੀ ਚਾਹੇ ਜਾ ਸਕਦਾ ਹੈ, ਔਰ ਤੁਸੀਂ ਆਪਣੇ ਢੰਗ ਦੇ ਨਾਲ ਤਰੱਕੀ ਕਰ ਸਕਦੇ। ਤੋ ਇਹ ਜਿਹੜੀ ਇੰਪੋਰਟੈਂਟ ਗੱਲ ਹੈਗੀ ਕਿ ਜਿਹੜਾ ਬਾਜ਼ਾਰ ਦੇ ਨਾਲ ਫਰੀਡਮ ਜੁੜੀ ਹੋਈ ਹੈ, ਔਰ ਇਹ ਪਿਛਲੇ 90 ਤੋਂ ਬਾਅਦ ਵਿੱਚ ਜੋ ਸਾਡੇ ਆਲੇ ਦੁਆਲੇ ਇੱਕ ਨੈਰੇਟਿਵ ਸਿਰਜਿਆ ਗਿਆ ਉਹ ਇਹੀ ਹੈ ਕਿ ਇਕਨੋਮਿਕ ਰਿਫੋਰਮ, ਫਰੀਡਮ, ਸਟੇਟ ਕੰਟਰੋਲ ਘੱਟ ਕਰੋ, ਔਰ ਹਰ ਬੰਦਾ ਆਪਣੇ ਘਰ ਆਪਣੇ ਅਨੁਸਾਰ ਆਪਣਾ ਕਿੱਤਾ ਕਰ ਸਕੇ, ਖੁੱਲ੍ਹ ਕੇ ਜੀ ਸਕੇ, ਵਗੈਰਾ 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 ਵਗੈਰਾ। ਤੋ ਮਾਰਕੀਟ ਦੇ ਨਾਲ ਫਰੀਡਮ ਜੁੜੀ ਹੈ, ਆਫਕੋਰਸ, ਬਿਲਕੁਲ ਠੀਕ। ਮਾਰਕੀਟ ਸਿੱਧੇ ਤੌਰ ਦੇ ਉੱਤੇ
ਪੁਰਾਣੀਆਂ ਪਰੰਪਰਾਵਾਂ ਦੇ ਕਲੈਸ਼ ਵਿੱਚ ਹੁੰਦੀ ਹੈ। ਮੈਂ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ ਕਿ ਕਿਸ ਤਰ੍ਹਾਂ ਇਕਨੋਮਿਕ ਫਰੀਡਮ ਜਿਹੜੀ ਹੈ ਉਹ ਤੁਹਾਡੇ ਰਾਈਟਸ ਨੂੰ ਔਰ ਤੁਹਾਡੀ ਸੁਤੰਤਰਤਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਜਿਸ ਤਰ੍ਹਾਂ ਕਿ ਮੈਂ ਟਿਪੀਕਲ ਮੈਂ ਆਪਣਾ ਨਾਟਕ ਸਿੰਧੌਰਾ ਦੇ ਵਿੱਚੋਂ ਲੈਣਾ ਕਿ ਟਿਪੀਕਲ ਅਸੀਂ ਦੇਖਦੇ ਹਾਂ ਕਿ ਔਰਤ ਜਿਹੜੀ ਹੈ ਉਹ ਘਰਾਂ ਦੇ ਵਿੱਚ ਹੈ, ਠੀਕ ਹੈ। ਤੋ ਉਹ ਘਰਾਂ ਦੇ ਵਿੱਚ ਹੈ ਔਰਤ, ਅਤੇ ਜਦੋਂ ਉਹ ਇਕਨੋਮਿਕਲੀ ਕਮਾਉਣ ਲੱਗ ਪੈਂਦੀ ਹੈ ਔਰ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਹੀ ਤਾਂ ਕਮਾਇਆ ਜਾਏਗਾ ਨਾ, ਤੋ ਦੀਵਾਰ ਤੋਂ ਬਾਹਰ ਆ ਗਈ ਬਾਜ਼ਾਰ ਦੇ ਵਿੱਚ, ਉੱਥੇ ਉਹ ਆਪਣਾ ਕੰਟਰੀਬਿਊਟ ਦੇ ਰਹੀ ਹੈ, ਮੁਆਵਜ਼ਾ ਲੈ ਰਹੀ ਹੈ, ਠੀਕ ਹੈ। ਤਾਂ ਉਹਨੂੰ ਕਮਾਈ ਹੋ ਰਹੀ ਹੈ ਔਰ ਜਦੋਂ ਉਹਦੀ ਕਮਾਈ ਹੁੰਦੀ ਹੈ ਤਾਂ ਉਹਦੇ ਅੰਦਰ ਇੱਕ ਡਿਸੀਜਨ ਮੇਕਿੰਗ ਪਾਵਰ ਆਉਂਦੀ ਹੈ, ਘਰ ਦੇ ਵਿੱਚ ਉਹਦੀ ਸਲਾਹ ਵੀ ਲਈ ਜਾਂਦੀ ਹੈ। ਤਾਂ ਇਹ ਜ਼ਿਆਦਾਤਰ ਅਸੀਂ ਦੇਖਿਆ ਜਿਨ੍ਹਾਂ ਕੌਮਾਂ ਨੇ ਤਰੱਕੀ ਕਰਨੀ ਹੈ, ਜਿਨ੍ਹਾਂ ਕੌਮਾਂ ਨੇ ਤਰੱਕੀ ਕਰਨੀ ਜਾਂ ਜਿਨ੍ਹਾਂ ਸ਼ਖਸਾਂ ਨੇ ਗੁਲਾਮੀ ਦਾ ਜੂੜਾ ਤੋੜਨਾ ਹੈ ਤਾਂ ਉਹ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋ ਜਾਣ ਅਤੇ ਆਪੇ ਸਭ ਕੁਛ ਠੀਕ ਹੋ ਜਾਵੇਗਾ। ਤੁਹਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਨਾਲ ਕੋਈ ਆਜ਼ਾਦੀ ਦੀ ਲੜਾਈ ਲੜਨ ਦੀ ਲੋੜ ਨਹੀਂ ਹੈ, ਕਿਤੇ ਕੋਈ ਨਾਅਰੇ ਲਾਉਣ ਦੀ ਲੋੜ ਨਹੀਂ, ਕਿਸੇ ਕੁਛ ਨਹੀਂ, ਸਿਰਫ ਆਤਮ ਨਿਰਭਰ ਹੋ ਜਾਓ ਔਰ ਫਿਰ ਤੁਸੀਂ ਕਿਸੇ ਦੇ ਅੱਜ ਹੀ ਨਹੀਂ ਰਹੋਗੇ। ਤੋ ਔਰਤ ਦੀ ਐਗਜ਼ਾਮਪਲ ਖੂਬਸੂਰਤ ਐਗਜ਼ਾਮਪਲ ਹੈ ਕਿ ਪਿਛਲੇ ਕੁਛ ਦਹਾਕਿਆਂ ਦੇ ਵਿੱਚ ਕਿਸ ਤਰ੍ਹਾਂ ਇਕੋਨਮੀ ਨੇ ਜਾਂ ਮਾਰਕੀਟ ਦੇ ਵਿੱਚ ਔਰਤ ਦੇ ਵਰਤੇ ਰੋਲ ਨੇ ਉਹਨੂੰ ਘਰਾਂ ਦੇ ਵਿੱਚ ਇੱਕ ਆਨਰੇਬਲ ਜਗ੍ਹਾ ਦਿੱਤੀ ਹੈ, ਠੀਕ ਹੈ। ਮਗਰ ਇੱਥੇ ਹੀ ਮਾਰਕੀਟ ਦਾ ਪੈਰਾਡੋਕਸ ਪਿਆ, ਜਿਹਨੂੰ ਅਸੀਂ ਮੈਂ ਰੂਸੋ ਬੋਲਦਾ ਪੈਰਾਡੋਕਸ ਆਫ ਫਰੀਡਮ, ਉਹ ਕਿਸੇ ਹੋਰ ਸੰਦਰਭ ਵਿੱਚ ਬੋਲਦਾ, ਮੈਂ ਕਿਸੇ ਹੋਰ ਸੰਦਰਭ ਵਿੱਚ ਬੋਲਾਂਗਾ। ਤੋ ਇਹ ਪੈਰਾਡੋਕਸ ਕੀ ਹੈ, ਮੈਂ ਥੋੜ੍ਹੀ ਦੇਰ ਬਾਅਦ ਗੱਲ ਕਰਾਂ ਕਿ ਇਹ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਕਿ ਮਾਰਕੀਟ ਜਿਹੜੀ ਹੈ ਆਜ਼ਾਦੀ ਦਿੰਦੀ ਹੈ, ਇੰਪਾਵਰ ਕਰਦੀ ਹੈ ਔਰ ਤੁਹਾਨੂੰ ਲੱਗਦਾ ਕਿ ਇਹ ਤਾਂ ਬਹੁਤ ਵਧੀਆ ਗੱਲ ਹੈ। ਮਗਰ ਕੁਛ ਇੱਕ ਚੀਜ਼ਾਂ ਨੇ ਜਿਨ੍ਹਾਂ ਵੱਲ ਸਾਡਾ ਧਿਆਨ ਜਾਣਾ ਜ਼ਰੂਰੀ ਹੈ। ਕੁਛ ਐਨੋਮਲੀਸ ਆ ਗਈਆਂ, ਕੁਛ ਵਿਕ੍ਰਿਤੀਆਂ ਆ ਗਈਆਂ, ਉਹ ਵਿਕ੍ਰਿਤੀਆਂ ਜਿਹੜੀਆਂ ਨੇ ਹਿਊਮਨ ਰਾਈਟਸ ਦੇ ਲਈ ਖਤਰਾ ਬਣਦੀਆਂ ਜਾ ਰਹੀਆਂ ਦਿਨ ਪ੍ਰਤੀ ਦਿਨ, ਆਪਾਂ ਉਹਨਾਂ ਦੇ ਉੱਤੇ ਇੱਕ ਇੱਕ ਕਰਕੇ ਆਪਾਂ ਧਿਆਨ ਦੇਣਾ। ਉਹ ਕਿਹੜੀਆਂ ਗੱਲਾਂ ਨੇ, ਮੈਂ 90s ਤੋਂ ਬਾਅਦ ਵਿੱਚ ਗਲੋਬਲਾਈਜੇਸ਼ਨ ਆਇਆ, ਗਲੋਬਲਾਈਜੇਸ਼ਨ ਨੇ ਇੱਕ ਓਪਨ ਮਾਰਕੀਟ ਸਿਰਜੀ। ਗੈਟ ਸਮਝੌਤਾ ਤੁਸੀਂ ਸਾਰੇ ਜਾਣਦੇ ਹੋਵੋਗੇ, ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਟੈਰਿਫ ਦਾ ਰੇਟ ਇੱਕ ਕਰ ਦਈਏ, ਪੂਰੀ ਦੁਨੀਆ ਦੇ ਵਿੱਚ ਸਾਰੇ ਦੇਸ਼ ਸਾਰੇ ਦੇਸ਼ਾਂ ਵਿੱਚ ਜਾ ਕੇ ਵਪਾਰ ਕਰ ਸਕਣ। ਜਦੋਂ ਦੇਸ਼ ਬੋਲਦਾ ਤਾਂ ਉਹ ਦੇਸ਼ਾਂ ਦੀਆਂ ਕੰਪਨੀਜ਼ ਵੀ, ਤਾਂ ਕੋਈ ਰੋਕ ਟੋਕ ਨਹੀਂ, ਹੈ ਨਾ। ਅਮੈਰੀਕਾ ਦਾ ਮਾਲ ਇੱਥੇ ਵਿਕੇ, ਸਾਡਾ ਮਾਲ ਅਮੈਰੀਕਾ 'ਚ ਵਿਕੇ, ਬਿੰਦਾਸ। ਮਗਰ ਫਿਰ ਥੋੜ੍ਹੇ ਸਾਲਾਂ ਬਾਅਦ ਜਿਹੜੇ ਅਮੈਰੀਕਾ ਸੀ ਕੈਪੀਟਲਿਸਟ ਦੇ ਸੀ, ਉਹਨਾਂ ਨੂੰ ਲੱਗਾ ਕਿ ਇਹ ਤਾਂ ਅਸੀਂ ਗਲਤ ਕਰ ਲਿਆ, ਅਸੀਂ ਇਕੁਅਲ ਪਿੱਚ ਦੇ ਕੇ ਇਹ ਗਲਤ ਕਰ ਲਿਆ, ਕਿਉਂਕਿ ਇਹ ਦੇਸ਼ ਤਾਂ ਸਾਡੇ ਦੇਸ਼ਾਂ ਵਿੱਚ ਆਣ ਕੇ ਤਰੱਕੀ ਕਰਨ ਲੱਗਣਗੇ, ਹੈ ਨਾ, ਸਾਡੀਆਂ ਕੰਪਨੀਆਂ ਉੱਥੇ ਜਾ ਕੇ। ਉਹਨਾਂ ਨੇ ਫਿਰ ਇੱਕ ਢੁੱਚਰ ਡਾਇਆ, ਉਹ ਸੀਗਾ ਡਿਵੋਰਸ ਸਮਝੌਤੇ ਦੇ ਵਿੱਚ ਹੀ, ਉਹ ਸੀ ਸੋਸ਼ਲ ਕਲੋਜ਼ ਪਾਏ ਗਏ, ਜਿਹਨੂੰ ਉਹ ਸੋਸ਼ਲ ਕਲੋਜ਼ ਦਾ ਨਾਮ ਦਿੰਦੇ ਨੇ, ਉਹ ਹਿਊਮਨ ਰਾਈਟਸ ਨਾਲ ਰਿਲੇਟਡ ਸੀ। ਹੁਣ ਦੇਖੋ ਕਿਸ ਤਰ੍ਹਾਂ ਹਿਊਮਨ ਰਾਈਟਸ ਗਲੋਬਲ ਇਕੋਨਮੀ ਅਤੇ ਗਲੋਬਲ ਪੋਲੀਟੀਕਲ ਇਕੋਨਮੀ ਦਾ ਹਿੱਸਾ ਬਣਦੇ ਆ। ਉਹਨਾਂ ਨੇ ਉਹਦੇ ਵਿੱਚ ਕਲੋਜ਼ ਦੇ ਵਿੱਚ ਲਿਖਿਆ ਕਿ ਉਹ ਦੇਸ਼ ਜਿਨ੍ਹਾਂ ਦੇਸ਼ਾਂ ਦੇ ਵਿੱਚ ਲੇਬਰ ਨੂੰ ਪੂਰੇ ਅਧਿਕਾਰ ਨਹੀਂ ਮਿਲਦੇ, ਸ਼ੋਸ਼ਣ ਹੁੰਦਾ ਆ, ਹਿਊਮਨ ਰਾਈਟਸ ਦਾ ਰਿਕਾਰਡ ਮਾੜਾ ਆ, ਅਸੀਂ ਉਹਨਾਂ ਦੇਸ਼ਾਂ ਤੋਂ ਸਮਾਨ ਨਹੀਂ ਖਰੀਦਾਂਗੇ, ਠੀਕ ਹੈ। ਤੋ ਹੋ ਗਿਆ ਗੱਲ, ਸਿੱਧੀ ਜਿਹੀ ਗੱਲ ਹੋ ਗਈ ਕਿ ਭਾਰਤ ਦੇ ਵਿੱਚ ਜੇ ਬੱਚੇ ਕਾਰਪੇਟ ਬਣਾਉਂਦੇ ਆ ਤਾਂ ਇਹ ਕਾਰਪੇਟ ਅਸੀਂ ਨਹੀਂ ਲਵਾਂਗੇ, ਠੀਕ ਹੈ। ਤੋ ਭਾਰਤ ਦੀ ਕਾਰਪੇਟ ਮਾਰਕੀਟ ਦੇ ਉੱਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ। ਚਾਈਨਾ ਦਾ ਹਿਊਮਨ ਰਾਈਟਸ ਰਿਕਾਰਡ ਗਲਤ ਹੈ, ਇਸ ਕਰਕੇ ਚਾਈਨਾ ਦੇ ਗੁੱਡਸ 'ਤੇ ਵੀ ਪਾਬੰਦੀ ਲਾ ਦਿੱਤੀ। ਤੋ ਇਹ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਸੀ, ਉਹਨਾਂ ਨੇ ਉਦੋਂ ਉਹਨਾਂ ਨੂੰ ਯਾਦ ਆਇਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਲੇਬਰ ਨੂੰ ਪੈਸੇ ਨਹੀਂ ਚੰਗੀ ਤਰ੍ਹਾਂ ਦਿੱਤੇ ਜਾਂਦੇ, ਇਹ ਆ ਆ ਇਹ ਆ, ਅਤੇ ਇਸ ਕਰਕੇ ਇਹਨਾਂ ਦੇਸ਼ਾਂ ਦਾ ਸਾਡੇ ਨਾਲ ਵਪਾਰ ਬੰਦ ਕੀਤਾ ਜਾਏ। ਸੋ ਸੋਸ਼ਲ ਕਲੋਜ਼ ਦੇ ਬਹਾਨੇ ਖੁੱਲ੍ਹਾ ਵਪਾਰ ਦੇ ਉੱਤੇ ਪ੍ਰੋਟੈਕਸ਼ਨਿਜ਼ਮ ਲਿਆਉਣ ਦੀ ਥੋੜ੍ਹਾ ਜਿਹਾ ਪਾਬੰਦੀ ਲਗਾਈ। ਇੱਕ ਹੋਰ ਉਹਨਾਂ ਨੇ ਚੀਜ਼ ਪਾਈ ਕਿ ਇਹ ਭਾਰਤ ਵਾਲੇ ਤਾਂ ਸਸਤੀ ਬਿਜਲੀ, ਸਬਸਿਡਾਈਜ਼ਡ ਬਿਜਲੀ ਅਤੇ ਸਬਸਿਡਾਈਜ਼ਡ ਪਾਣੀ ਵਗੈਰਾ ਇਹ ਸਾਰਾ ਕੁਛ ਲੈਂਦੇ ਨੇ, ਇਹਨਾਂ ਦੇ ਇਨਪੁੱਟ ਸਸਤੇ ਨੇ ਅਤੇ ਆਊਟਪੁੱਟ ਦੇ ਉੱਤੇ ਇਹ ਸਾਡੇ ਬਰਾਬਰ ਰੇਟ ਲਗਾ ਲੈਂਦੇ ਆ, ਇਹਦੇ ਫਾਇਦਾ ਸਾਡਾ। ਹੁਣ ਇੱਕ ਕੋਕ ਬਣਾਉਣ ਦੇ ਲਈ ਕੈਨੇਡਾ ਦੇ ਵਿੱਚ ਜਿਹੜੀ ਕੋਕ ਇੰਡਸਟਰੀ ਹੈ ਉਹਨੂੰ ਉੱਥੇ ਵਧੀਆ ਪਾਣੀ ਲੈਣਾ ਪੈਂਦਾ ਔਰ ਕੀਮਤ ਵੱਡੀ ਦੇਣੀ ਪੈਂਦੀ ਹੈ, ਸਾਡੇ ਇੱਥੇ ਤਾਂ ਖੁੱਲ੍ਹੇ ਗੱਫੇ ਪਾਣੀ ਦੇ। ਫਿਰ ਉੱਥੇ ਡਿਸਪੋਜ਼ ਆਫ ਕਰਨ ਦੇ ਲਈ ਬੜੀਆਂ ਸ਼ਰਤਾਂ ਨੇ, ਸਾਡੇ ਇੱਥੇ ਖੁੱਲ੍ਹਾ ਖੇਤਾਂ ਦੇ ਵਿੱਚ ਇਹਨਾਂ ਕੰਪਨੀਆਂ ਨੇ ਪਾਣੀ ਸੁੱਟਿਆ ਹੁੰਦਾ। ਫਿਰ ਉੱਥੇ ਲੇਬਰ ਮਹਿੰਗੀ ਹੈ, ਇੱਥੇ ਸਾਡੀ ਲੇਬਰ ਸਸਤੀ ਹੈ।
ਉੱਥੇ ਬਿਜਲੀ ਮਹਿੰਗੀ ਆ, ਸਾਡੇ ਸਬਸਿਡਾਈਜ਼ਡ ਬਿਜਲੀ ਹੈ। ਤੋ ਇਹ ਜਿਹੜੀਆਂ ਚੀਜ਼ਾਂ, ਜਦੋਂ ਆਪ ਕਮਾਉਣਾ ਸੀ ਉਹਨਾਂ ਕਮਾਇਆ, ਪਰ ਜਦੋਂ ਲੱਗਾ ਕਿ ਭਾਰਤੀ ਕੰਪਨੀਆਂ ਜਿਹੜੀਆਂ ਨੇ ਉਹ ਸਸਤੇ ਇਨਪੁੱਟ ਲੈ ਕੇ ਅਤੇ ਫਿਰ ਸਾਡੇ ਨਾਲ ਬਰਾਬਰ 'ਤੇ ਆਣ ਕੇ ਖੜੀਆਂ ਹੋ ਜਾਂਦੀਆਂ, ਉਹਨਾਂ ਲੱਗਾ ਕਿ ਅਸੀਂ ਇੱਥੇ ਰਿਸੀਵਿੰਗ ਐਂਡ 'ਤੇ ਹਾਂ, ਤਾਂ ਉਹਨਾਂ ਨੇ ਇਹ ਵੀ ਸ਼ੁਰੂ ਕਰਤਾ। ਉਹਨਾਂ ਫਿਰ ਇੱਕ ਹੋਰ ਸਮਝੌਤੇ 'ਚ ਗੱਲ ਪਾਈ ਕਿ ਤੁਸੀਂ ਸਬਸਿਡੀਆਂ ਬੰਦ ਕਰੋ। ਆ ਜਿੰਨੀਆਂ ਵੀ ਤੁਹਾਡੀਆਂ ਸਬਸਿਡੀਆਂ ਹੁਣ ਬੰਦ ਹੋ ਰਹੀਆਂ, ਇਹ ਉਸੇ ਸਮਝੌਤੇ ਦੇ ਤਹਿਤ ਹੋ ਰਹੀਆਂ ਕਿ ਸਬਸਿਡੀਜ਼ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾਣਗੀਆਂ। ਠੀਕ ਹੈ, ਹਾਲਾਂਕਿ ਜਦੋਂ ਸਬਸਿਡੀਜ਼ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਨੂੰ ਜਿਹੜੀ ਸਬਸਿਡੀ ਮਿਲਦੀ ਹੈ ਔਰ ਅਮੈਰੀਕਾ ਦੇ ਕਿਸਾਨ ਨੂੰ ਜਿਹੜੀ ਸਬਸਿਡੀ ਮਿਲਦੀ ਹੈ, ਇੱਕ ਨਹੀਂ ਦੋ ਨਹੀਂ ਕਈ ਸੌ ਗੁਣਾਂ ਦਾ ਫਰਕ ਹੈ। ਉੱਥੇ ਸਬਸਿਡੀ ਹਾਲੇ ਵੀ ਜ਼ਿਆਦਾ ਮਿਲਦੀ ਹੈ, ਸਾਡੇ ਇੱਥੇ ਸਬਸਿਡੀ ਘੱਟ ਮਿਲਦੀ ਹੈ, ਉਹ ਵੀ ਘਟੀ ਜਾ ਰਹੀ ਹੈਗੀ ਹੈ। ਐਨੀ ਹੋ, ਜਦੋਂ ਉਹਨਾਂ ਨੇ ਰੈੱਡ ਇੰਡੀਅਨਸ ਨੂੰ ਮਾਰ ਕੇ ਅਮੈਰੀਕਾ 'ਤੇ ਕਬਜ਼ਾ ਕੀਤਾ ਔਰ ਮਾਰ ਕੇ ਰੈੱਡ ਇੰਡੀਅਨਸ ਨੂੰ ਮਾਰਨ ਜਾਂਦੇ ਹੁੰਦੇ ਸੀ ਨਾ, ਤਾਂ ਜੇਕਰ ਕੋਈ ਗਰਭਵਤੀ ਔਰਤ ਨੂੰ ਮਾਰ ਕੇ ਲਿਆਉਂਦਾ ਸੀ ਉਹਨੂੰ ਡਬਲ ਇਨਾਮ ਮਿਲਦਾ ਸੀ ਕਿ ਤੂੰ ਅਗਲੀ ਜਨਰੇਸ਼ਨ ਵੀ ਖਤਮ ਕੀਤੀ। ਇਹ ਇਹਨਾਂ ਦਾ ਰਿਕਾਰਡ ਹੈ ਜਿਹੜੇ ਸਾਨੂੰ ਹਿਊਮਨ ਰਾਈਟਸ ਸਿਖਾਉਂਦੇ ਆ। ਇਹਨਾਂ ਦਾ ਰਿਕਾਰਡ ਇਹ ਆ ਕਿ ਅੱਜ ਵੀ ਆਸਟ੍ਰੇਲੀਆ ਚਲੇ ਜਾਓ ਤਾਂ ਉਹਨਾਂ ਦਾ ਜਿਹੜਾ ਬੈਕਯਾਰਡ ਹੈ, ਆਸਟ੍ਰੇਲੀਅਨ ਬੈਕਯਾਰਡ ਪਤਾ ਕਿ ਜਿਹੜੇ ਬਾਰਡਰ ਦੇ ਕੋਸਟਲ ਏਰੀਆ ਨੂੰ ਛੱਡ ਕੇ ਅੰਦਰੂਨੀ ਏਰੀਆ ਜਿਹੜਾ ਨਾ, ਉੱਥੇ ਉਹ ਆਮ ਨਹੀਂ ਜਾਂਦੇ। ਉਹਨਾਂ ਨੇ ਬੈਕਯਾਰਡ ਬਣਾਇਆ, ਜਿੱਦਾਂ ਤੁਸੀਂ ਸੌਰੀ ਟੂ ਯੂਜ਼ ਦਾ ਟਰਮ ਠੱਠੀ, ਉਹਨਾਂ ਨੇ ਉਹ ਬਣਾਇਆ ਕਿ ਇੱਥੇ ਐਬੋਰਿਜਨਲਸ ਰਹਿੰਦੇ ਨੇ, ਆਦਿਵਾਸੀ ਰਹਿੰਦੇ ਨੇ। ਇੱਥੋਂ ਜਿਹੜੀ ਵੀ ਚੀਜ਼ ਉੱਥੋਂ ਬੱਸ ਜਦੋਂ ਆਉਂਦੀ ਆ ਨਾ ਕੋਸਟਲ ਏਰੀਏ ਦੇ ਵਿੱਚ, ਤਾਂ ਬੱਸ ਦੇ ਵਿੱਚ ਇੱਕ ਇੱਕ ਸਮਾਨ ਚੈੱਕ ਹੁੰਦਾ ਆ, ਕੋਈ ਵੀ ਖਾਣੇ ਦੀ ਵਸਤੂ ਉੱਧਰੋਂ ਇੱਧਰ ਨਹੀਂ ਲਿਆਉਂਦੀ ਜਾਂਦੀ। ਮਤਲਬ ਇੱਦਾਂ ਉਹਨਾਂ ਨੇ ਉਹਨਾਂ ਲੋਕਾਂ ਨੂੰ ਰੱਖਿਆ ਅਤੇ ਸਾਨੂੰ ਹਿਊਮਨ ਰਾਈਟਸ ਸਿਖਾਉਂਦੇ ਆ। ਠੀਕ ਹੈ, ਤਾਂ ਇਹ ਦੋਗਲਾਪਣ ਜਿਹੜਾ ਸਾਨੂੰ ਥੋੜ੍ਹਾ ਜਿਹਾ ਦੇਖਣ ਦੀ ਲੋੜ ਹੈ ਕਿ ਇਹ ਸਿਰਫ ਹਿਊਮਨ ਰਾਈਟਸ, ਨਥਿੰਗ ਸੀਰੀਅਸਨੈਸ ਅਬਾਊਟ ਦੈਮ, ਇਹ ਸਿਰਫ ਇੱਕ ਇਸ਼ੂ ਹੈ, ਇੱਕ ਨੋਨ ਇਸ਼ੂ ਹੈ ਜਿਹਦੇ ਕਰਕੇ ਸਾਰਾ ਕੁਛ ਹੁੰਦਾ। ਹੁਣ ਸਾਡੇ ਉੱਤੇ ਮਾਰਕੀਟ ਥੋਪੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਤੁਹਾਡੇ ਰਾਈਟਸ ਜ਼ਿਆਦਾ ਵੱਧ ਜਾਣਗੇ, ਇਹਦੇ ਨਾਲ ਤੁਹਾਡੀ ਚੋਇਸ ਜ਼ਿਆਦਾ ਵੱਧ ਜਾਏਗੀ, ਤੁਹਾਨੂੰ ਅਪਰਚੁਨਿਟੀਜ਼ ਵੱਧ ਜਾਣਗੀਆਂ। ਬਹੁਤ ਵਧੀਆ ਵਧੀਆ ਸਬਜ਼ ਬਾਗ ਦਿਖਾਏ ਜਾਂਦੇ ਕਿ ਤੁਹਾਡੀ ਤਰੱਕੀ ਕਰਵਾ ਰਹੇ ਹਾਂ ਅਸੀਂ, ਇਸ ਕਰਕੇ ਕਾਨੂੰਨ ਲਿਆਉਂਦੇ ਹਾਂ, ਇਹ ਸਾਰਾ ਕੁਛ। ਅੱਛਾ, ਹੁਣ ਅਸੀਂ ਇਹਦੀ ਥੋੜ੍ਹਾ ਜਿਹਾ ਦੇਖਣਾ ਕਿ ਮਾਰਕੀਟ ਹੁੰਦੀ ਕੀ, ਮਾਰਕੀਟ ਓਰੀਐਂਟਡ ਸਟੇਟ ਕਿੱਦਾਂ ਚੱਲਦਾ, ਮਾਰਕੀਟ ਦੇ ਸੁਭਾਅ ਕਿੱਦਾਂ ਦਾ ਹੈ। ਪਹਿਲਾਂ ਮੈਂ ਲੋਕ ਦੀ ਗੱਲ ਕਰਾਂਗਾ, ਲੋਕ ਤੋਂ ਸ਼ੁਰੂ ਹੁੰਦਾ ਹੈ ਮਾਰਕੀਟ। ਲੋਕ ਨੇ ਇੱਕ ਵਿਅਕਤੀਵਾਦ ਦੀ ਗੱਲ ਕੀਤੀ, ਕੇਵਲ ਵਿਅਕਤੀਵਾਦ ਨਹੀਂ, ਉਹ ਇੱਕ ਟਰਮ ਯੂਜ਼ ਕਰਦਾ, ਪੋਜੈਸਿਵ ਇੰਡੀਵਿਜੁਅਲਿਜ਼ਮ। ਪੋਜੈਸਿਵ ਇੰਡੀਵਿਜੁਅਲਿਜ਼ਮ ਉਹ ਕਹਿੰਦਾ ਹੈ ਕਿ ਹਰ ਬੰਦਾ ਕੁਛ ਗੁਣ ਪੋਜੈਸ ਕਰਦਾ ਹੈ, ਹਰ ਬੰਦੇ ਦੇ ਅੰਦਰ ਕੋਈ ਯੋਗਤਾ ਹੁੰਦੀ ਹੈ, ਉਹ ਯੋਗਤਾ ਲੈ ਕੇ ਉਹ ਸਮਾਜ ਵਿੱਚ ਜਾਂਦਾ ਆ ਔਰ ਸਮਾਜ ਦੇ ਵਿੱਚ ਉਹ ਜਦੋਂ ਉਹ ਯੋਗਤਾ ਸਾਂਝੀ ਕਰਦਾ ਤਾਂ ਉਹਦੀ ਸਮਾਜ ਦੇ ਵਿੱਚ ਵੈਲਿਊ ਬਣਦੀ ਹੈ, ਤਾਂ ਜਿਹੜੀ ਉਹ ਵੈਲਿਊ ਸਮਾਜ ਨੂੰ ਦਿੰਦਾ ਆ ਉਸ ਦੇ ਅਨੁਸਾਰ ਉਹਨੂੰ ਅਧਿਕਾਰ ਮਿਲਦੇ ਆ। ਠੀਕ ਹੈ, ਲੋਕ ਦਾ ਇਹ ਇੰਡੀਵਿਜੁਅਲਿਜ਼ਮ ਹੈ ਕਿ ਇਹ ਬਿਲਕੁਲ ਮਾਰਕੀਟ ਨਹੀਂ ਹੈ ਕਿ ਤੁਹਾਡੇ ਪਰਸ ਵਿੱਚ ਕਿੰਨੇ ਪੈਸੇ ਨੇ, ਤੁਸੀਂ ਬਾਜ਼ਾਰ 'ਚ ਜਾਂਦੇ ਹੋ ਉਹ ਪੈਸੇ ਕਿੰਨੇ ਦੇ ਸਕਦੇ ਹੋ ਉਸ ਅਨੁਸਾਰ ਤੁਸੀਂ ਸੇਬ ਖਰੀਦਣਾ ਹੈ ਕਿ ਬੇਰ ਖਰੀਦਣੇ ਆ ਕਿ ਉਹ ਨਵੇਂ ਨਵੇਂ ਫਲ ਆਏ ਹੋਏ ਅੱਜ ਕੱਲ੍ਹ ਕੀਵੀ ਐਵਾਕਾਡੋ ਇਸ ਤਰ੍ਹਾਂ ਦੇ ਫਲ ਖਰੀਦਣੇ ਨੇ, ਪੈਸੇ ਜਿੰਨੇ ਦਊਂਗੇ ਤੁਹਾਨੂੰ ਉਸ ਹਿਸਾਬ ਨਾਲ ਮਿਲ ਜਾਏਗਾ। ਤਾਂ ਲੋਕ ਦਾ ਇੰਡੀਵਿਜੁਅਲਿਜ਼ਮ ਇਹ ਕਹਿੰਦਾ ਹੈ ਕਿ ਵਿਅਕਤੀ ਜਿਹੜਾ ਆਪਣੇ ਗੁਣਾਂ ਦੇ ਕਰਕੇ ਕੋਈ ਯੋਗਤਾ ਰੱਖਦਾ ਹੈ ਸਮਾਜ ਉਹਦਾ ਉਨਾ ਮੁੱਲ ਪਾਊਗੇ, ਔਰ ਇਹੀ ਇੱਕ ਗਿਵ ਐਂਡ ਟੇਕ ਹੈ। ਤਾਂ ਇਹ ਮਾਰਕੀਟ ਓਰੀਐਂਟਡ ਸੁਸਾਇਟੀ ਸਿਰਜ ਰਿਹਾ ਲੋਕ। ਹੁਣ ਇਹਦੇ ਵਿੱਚ ਜੇ ਅਸੀਂ ਦੇਖੀਏ, ਮੈਂ ਉਹ ਪੁੱਛਣਾ ਚਾਹੁੰਦਾ ਕਿ ਜਿਹੜੇ ਬੰਦਾ ਵਿਕਲਾਂਗ ਪੈਦਾ ਹੋਇਆ ਹੈ, ਰੱਬ ਨੇ ਉਹਨੂੰ ਕੋਈ ਯੋਗਤਾ ਨਹੀਂ ਦਿੱਤੀ, ਇਹਦਾ ਮਤਲਬ ਉਹ ਕਿਸੇ ਚੀਜ਼ ਦਾ ਅਧਿਕਾਰੀ ਨਹੀਂ, ਉਹਨੂੰ ਕੋਈ ਬੇਸਿਕ ਨਹੀਂ ਮਿਲਣਾ ਚਾਹੀਦਾ। ਤਾਂ ਇਹ ਇੱਥੇ ਆਣ ਕੇ ਲੋਕ ਚੁੱਪ ਹੈ, ਉਹ ਇਹੋ ਜਿਹਾ ਵਿਅਕਤੀਵਾਦ, ਇਹ ਮਾਰਕੀਟ ਜਿਹੜੀ ਇਨਹਿਊਮਨ ਮਾਰਕੀਟ ਹੈ, ਇਨਹਿਊਮਨ ਮਾਰਕੀਟ ਹੈ। ਮੈਂ ਤੁਹਾਨੂੰ ਜੇ ਐਗਜ਼ੈਂਪਲਸ ਦੇਣ ਲੱਗਾ ਇਨਹਿਊਮਨ ਮਾਰਕੀਟ ਦੀਆਂ, ਤਾਂ ਤੁਸੀਂ ਦੁਕਾਨ ਤੋਂ ਰੇਟ ਕਰਦੇ ਹੋਏ ਕਿਸੇ ਗਰੀਬ ਨੂੰ ਦੇਖੋ, ਤਾਂ ਕਈ ਵਾਰ ਉਹ ਕਹਿੰਦਾ ਹੁੰਦਾ ਵੀ ਸੇਬ ਰੱਖਦੇ ਥੱਲੇ ਅਤੇ ਲੈਣਾ ਲੂਣਾ ਹੈ ਨਹੀਂ, ਬੋਲੀ ਜਾਣ ਲਿਆ ਜਾ ਤੁਹਾਡ ਹੈ ਨਾ। ਇੱਕ ਮੈਂ ਉਦੋਂ ਮੈਂ ਸਕੂਟਰ 'ਤੇ ਜਾ ਰਿਹਾ ਸੀਗਾ ਅਤੇ ਮੈਂ ਦੇਖਿਆ ਕਿ ਇੱਕ ਬੱਚਾ, ਫਾਦਰ ਆਪਣੇ ਬੱਚੇ ਨੂੰ ਗੋਦ 'ਚ ਲੈ ਕੇ ਜਾ ਰਿਹਾ ਅਤੇ ਉਹਦੇ ਨਾਲ ਗੱਲਾਂ ਕਰਦਾ ਜਾ ਰਿਹਾ, ਔਰ ਬੱਚਾ ਬੜੀਆਂ ਵਧੀਆ ਵਧੀਆ ਉਹਨਾਂ ਦੀ ਟੋਨ ਤੋਂ ਲੱਗ ਰਿਹਾ ਸੋਹਣੀਆਂ ਗੱਲਾਂ ਕਰ ਰਿਹਾ, ਔਰ ਉਹ ਜਾ ਕੇ ਇੱਕ ਗਰੋਸਰੀ ਸ਼ੋਪ ਦੇ ਵਿੱਚ ਵੜ ਜਾਂਦੇ। ਉੱਥੇ ਮੈਂ ਰਾਸ਼ਨ ਲੈਣ ਜਾਣਾ ਸੀ ਤਾਂ ਮੈਂ ਦੇਖ ਰਿਹਾ ਕਿ ਉਹ ਬੱਚੇ ਨੂੰ ਪੁੱਛ ਰਿਹਾ ਵਰਤਮਾਨ 'ਚ ਇਹ ਟੋਫੀ, ਇਹ ਟੋਫੀ, ਫਿਰ ਉਹ ਪੁੱਛਦਾ ਉਹਦਾ ਰੇਟ, ਫਿਰ ਉਹ ਅੱਗੇ ਇਹ ਟੋਫੀ, ਉਹ ਉਹਦਾ ਰੇਟ ਪੁੱਛਦਾ ਕਰਦੇ ਕਰਾਉਂਦੇ ਨਾ। ਉਹ ਬਾਪ ਨੂੰ ਲੱਗਦਾ ਕਿ ਇਹ ਸਭ ਕੁਛ ਮੇਰੇ ਕੰਟਰੋਲ 'ਚ,
ਉਹ ਬੱਚੇ ਮੈਂ ਫਿਰ ਜਦੋਂ ਬਾਹਰ ਆਇਆ ਮੈਂ ਸਕੂਟਰ ਸਟਾਰਟ ਕਰ ਰਿਹਾ ਤਾਂ ਮੈਂ ਦੇਖਿਆ ਕਿ ਬੱਚਾ ਰੋਂਦਾ ਜਾ ਰਿਹਾ ਔਰ ਬਾਪ ਉਹਨੂੰ ਚੁੱਪ ਕਰਾਉਂਦਾ ਜਾ ਰਿਹਾ। ਜਿੱਥੇ ਮਾਰਕੀਟ ਇੰਨੀ ਨਿਰਦਈ ਹੈ, ਮਾਰਕੀਟ ਇਹ ਦੇਖੇਗੀ ਕਿ ਤੁਹਾਡੀ ਜੇਬ 'ਚ ਜੇ ਪੈਸੇ ਨਹੀਂ ਤਾਂ ਫਿਰ ਤੁਹਾਡੀ ਲੋੜ ਨਹੀਂ। ਅੱਜ ਤੋਂ ਕੁਝ ਸਾਲ ਪਹਿਲਾਂ ਤੁਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਸੀ ਕੰਪਨੀ ਬਾਗ, ਬੱਚਿਆਂ ਨੂੰ ਝੂਲੇ ਝੁਲਾ ਲੱਗੇ ਲੈ ਕੇ ਆਉਂਦੇ ਸੀ, ਹੁਣ ਤੁਸੀਂ ਉੱਥੇ ਜਾ ਕੇ ਝੂਲਾ ਚੜਾ ਕੇ ਦੇਖੋ, ਜਰਾ ਹੱਥ ਲਾ ਕੇ ਦੇਖੋ, ਤੁਹਾਨੂੰ ਟਿਕਟ ਲੱਗੇਗੀ। ਇਹ ਸਾਡੀਆਂ ਸਰਕਾਰਾਂ ਨੇ ਕੀਤਾ ਮਾਰਕੀਟ ਦੇ ਹਵਾਲੇ 'ਚ। ਇੱਕ ਗਰੀਬ ਦਾ ਬੱਚਾ ਕਿੱਥੇ ਜਾਏ, ਉਹ ਅਮਿਊਜ਼ਮੈਂਟ ਪਾਰਕ ਜਾਏਗਾ? ਉਹ ਇਹ ਜਿਹੜੀ ਸੰਵੇਦਨਹੀਨਤਾ ਹੈ ਇਹ ਮਾਰਕੀਟ ਦੇ ਅੰਦਰ ਹੈ। ਉਹ ਕਹੇਗਾ ਭਾਅ ਜੀ ਜੇ ਅਸੀਂ ਘੋੜਾ ਜਿਹੜਾ ਆ ਉਹ ਘਾਹ ਨਾਲ ਪਿਆਰ ਕਰਨ ਲੱਗ ਪਏ ਦਿਖਾਏਗਾ ਕੀ, ਠੀਕ ਹੈ ਨਾ। ਤਾਂ ਮਾਰਕੀਟ ਇਹ ਨਹੀਂ ਹਿਊਮਨ ਹੈ। ਸਾਨੂੰ ਲੱਗਦਾ ਕਿ ਡੈਮੋਕਰੇਟਿਕ ਸੁਭਾਅ ਆ ਮਾਰਕੀਟ ਦਾ, ਪਰ ਨਹੀਂ, ਜਿਹੜੀ ਮਾਰਕੀਟ ਦੀ ਡੈਮੋਕਰੇਸੀ ਹੈ ਬੇਟਾ ਉਹ ਜਿਹੜੀ ਉਹ ਡਿਸਇੰਪਾਵਰਮੈਂਟ ਵਾਲੀ ਡੈਮੋਕਰੇਸੀ। ਡੈਮੋਕਰੇਸੀ ਕਿਹਨੂੰ ਕਹਿੰਦੇ ਆ? ਇੰਪਾਵਰਮੈਂਟ ਮਤਲਬ ਕਿ ਤੁਹਾਡੇ ਹੱਥ 'ਚ ਸ਼ਕਤੀ ਜਾਵੇ। ਮੈਂ ਇੱਕ ਸਿੰਪਲ ਜਿਹੀ ਗੱਲ ਕਰਦਾ ਕਿ ਤੁਹਾਡੇ ਸਾਰਿਆਂ ਦੇ ਕੋਲ ਇੱਕ ਇੱਕ ਰੁਪਈਆ ਹੈ, ਠੀਕ ਹੈ, ਔਰ ਮੇਰੇ ਕੋਲ ਕੁਛ ਵੀ ਨਹੀਂ ਹੈ, ਚਲੋ ਮੇਰੇ ਕੋਲ ਵੀ ਇੱਕ ਰੁਪਈਆ, ਅਸੀਂ ਬਰਾਬਰ ਨੂੰ। ਉਸ ਤੋਂ ਬਾਅਦ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਇੱਕ ਇੱਕ ਰੁਪਈਆ ਮੈਨੂੰ ਦੇ ਦਿਓ, ਤਾਂ ਮੇਰੇ ਕੋਲ ਕਿੰਨੇ ਰੁਪਏ ਬਣ ਗਏ? ਮੇਰੇ ਕੋਲ 30-40 ਰੁਪਏ ਬਣ ਜਾਣਗੇ। ਹੈਂ, ਐਟ ਦ ਐਂਡ ਆਫ ਦੀ ਇਲੈਕਸ਼ਨ ਮੇਰੇ ਕੋਲ 30-40 ਰੁਪਏ ਹੈ, ਤੁਹਾਡੇ ਕੋਲ ਜ਼ੀਰੋ ਹੈ। ਇਲੈਕਸ਼ਨਾਂ ਤੋਂ ਪਹਿਲਾਂ ਮੈਂ ਤੁਹਾਡੇ ਪਿੱਛੇ ਪਿੱਛੇ ਫਿਰੂੰਗਾ, ਇਲੈਕਸ਼ਨਾਂ ਤੋਂ ਬਾਅਦ ਵਿੱਚ ਤੁਸੀਂ ਮੇਰੇ ਕੋਲ ਮੇਰੇ ਪੀਏ ਤੋਂ ਟਾਈਮ ਲਾਓਗੇ, ਫਿਰ ਮੈਨੂੰ ਮਿਲੋਗੇ ਜਾਣ ਕੇ। ਤੁਸੀਂ ਇੰਪਾਵਰ ਕਿਹਨੂੰ ਕੀਤਾ? ਲੀਡਰ ਨੂੰ ਕੀਤਾ, ਐਟ ਦ ਕੋਸਟ ਆਫ ਯੂ ਪੀਪਲ, ਤੁਸੀਂ ਅੱਜ ਹੀ ਹੋ ਗਏ ਉਹਦੇ। ਦਿਸ ਇਜ਼ ਮਾਰਕੀਟ, ਇਹ ਸਾਡੀ ਡੈਮੋਕਰੇਸੀ ਮਾਰਕੀਟ ਓਰੀਐਂਟਡ ਡੈਮੋਕਰੇਸੀ ਹੈ, ਜਿਹਦੇ ਵਿੱਚ ਮੈਂ ਕਹਿੰਦਾ ਮੈਂ ਤੁਹਾਡੇ ਨਾਲ ਕੁਛ ਵਾਅਦੇ ਕਰਦਾ, ਤੁਹਾਨੂੰ ਆਹ ਦਊਂਗਾ, ਤੁਸੀਂ ਮੈਨੂੰ ਵੱਡੇ 'ਚ ਵੋਟ ਦਿੰਦੇ। ਇਸ ਤਰ੍ਹਾਂ ਦੀ ਡੈਮੋਕਰੇਸੀ, ਇਹਦੇ 'ਚ ਤੁਸੀਂ ਇੰਪਾਵਰ ਨਹੀਂ ਹੋ ਰਹੇ, ਇਹ ਇੰਪਾਵਰਮੈਂਟ ਨਹੀਂ ਹੈ, ਇਹ ਡਿਸਇੰਪਾਵਰਮੈਂਟ ਹੈ। ਅਸੀਂ ਕੁਛ ਲੱਖ ਲੋਕ ਮਿਲ ਕੇ ਇੱਕ ਬੰਦੇ ਨੂੰ, ਭਾਵਾਂ ਉਹ ਦੁੱਕੀ ਦਾ ਹੋਵੇ, ਅਸੀਂ ਉਹਨੂੰ ਲੱਖਾਂ ਦਾ ਬਣਾ ਦਿੰਦੇ ਹਾਂ, ਠੀਕ ਹੈ। ਤਾਂ ਉਹ ਜੋ ਵੀ ਮਤਲਬ ਫਿਰ ਉਹ ਜਿਹੜੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਫਿਰ ਉਹ ਵਾਲੀ ਗੱਲ ਹੁੰਦੀ ਹੈ ਕਿ ਉਹ ਮਾਰਕੀਟ ਵਾਲੇ ਬੰਦੇ ਨੇ। ਅਤੇ ਬਈ ਮਾਰਕੀਟ ਵਾਲਾ ਟੀਚਰ ਜੇ ਮਾਰਕੀਟ ਓਰੀਐਂਟਡ ਟੀਚਰ ਹੋਏਗਾ ਨਾ, ਤਾਂ ਉਹ ਅਟੈਂਡੈਂਸ ਲਾਉਣ ਦੇ ਵੀ ਪੈਸੇ ਵੱਟੇਗਾ, ਮੈਂ ਤੇਰੇ ਲੈਕਚਰ ਪੂਰੇ ਕਰਾ ਦੂੰਗਾ, ਅਸੈਸਮੈਂਟ ਕਰ ਦੂੰਗਾ, ਇੰਨੇ ਪੈਸੇ, ਹੈ ਨਾ। ਤੋ ਜਿਹੜਾ ਵਪਾਰੀ ਹੈ ਉਹ ਜਦੋਂ ਰਾਜ 'ਤੇ ਵੀ ਬੈਠੂਗਾ ਤਾਂ ਉਹ ਖੱਤਰੀ ਨਹੀਂ ਬਣੂਗਾ, ਉਹ ਛੱਤਰੀ ਦਾ ਧਰਮ ਨਹੀਂ। ਇਸੇ ਕਰਕੇ ਗੁਰੂ ਨਾਨਕ ਦੀ ਭਾਸ਼ਾ 'ਚ ਹੋਰ ਕਿਸੇ ਜਾਤ ਦੀ ਨਹੀਂ ਗੱਲ ਕੀਤੀ, ਖੱਤਰੀਆਂ ਦਾ ਧਰਮ ਛੋੜਿਆ, ਮਤਲਬ ਜੋ ਤੇਰਾ ਧਰਮ ਬਣਦਾ ਰੋਲ ਕਰਨ ਦਾ ਉਹ ਤੂੰ ਛੱਡ ਦਿੱਤਾ, ਤਾਂ ਕੀ ਬਣ ਗਿਆ? ਬਾਣੀਓ ਬਣ ਗਿਆ, ਠੀਕ ਹੈ। ਤੂੰ ਸਿਰਫ ਇਹ ਜੇ ਹੁਣ ਮੈਂ ਮਤਲਬ ਮੈਂ ਵਪਾਰੀ ਹੋਵਾਂ ਅਤੇ ਮੈਨੂੰ ਸੀਟ ਮਿਲੇ ਤਾਂ ਮੈਂ ਆਪਣੀ ਪਾਵਰ ਨੂੰ ਟੈਂਡਰਾਂ ਦੇ ਉੱਤੇ ਯੂਜ਼ ਕਰਾਂਗਾ ਕਿ ਕਿਸ ਤਰ੍ਹਾਂ ਮੈਂ ਟੈਂਡਰ ਕ੍ਰੀਏਟ ਕਰਨੇ, ਕਿਸ ਤਰ੍ਹਾਂ ਮੈਂ ਕਿੱਕ ਬੈਕ ਲੈਣਾ, ਸਾਰਾ ਕੁਝ। ਸੋ ਮੇਰੀ ਓਰੀਐਂਟੇਸ਼ਨ ਉਹ ਸਾਰੀ ਹੋਊਗੀ। ਤੋ ਮਾਰਕੀਟ ਜਿਹੜੀ ਹੈ ਉਹ ਲੱਗਦਾ ਤੁਹਾਨੂੰ ਇਸ ਤਰ੍ਹਾਂ ਕਿ ਇੰਪਾਵਰਮੈਂਟ ਕਰੇਗੀ, ਮਗਰ ਉਹ ਤੁਹਾਨੂੰ ਡਿਸਇੰਪਾਵਰ ਕਰਦੀ ਹੈ ਕਿ ਕਾਨੂੰਨ ਬਣਾਉਣ ਲੱਗਿਆ ਤੁਹਾਨੂੰ ਪੁੱਛਿਆ ਵੀ ਨਹੀਂ ਜਾਂਦਾ, ਇਹ ਤੁਹਾਡੀ ਪਾਵਰ ਹੈ। ਫਿਰ ਤੁਸੀਂ ਪਿੱਛੇ ਪਿੱਛੇ ਫਿਰਨ ਡੇ ਹੋ ਇੰਨੇ ਸਾਲਾਂ ਇੰਨੇ ਮਹੀਨਿਆਂ ਦੇ ਕਿ ਯਾਰ ਇਹ ਇਹਦੇ ਬਾਰੇ 'ਚ ਡਾਇਲੋਗ ਹੀ ਹੋ ਜਾਵੇ, ਡਾਇਲੋਗ ਵੀ ਨਹੀਂ ਹੋ ਰਿਹਾ, ਠੀਕ ਹੈ। ਤਾਂ ਇਹ ਮੈਂ ਕਹਿੰਦਾ ਕਿ ਸਾਨੂੰ ਮਨ ਕੀ ਬਾਤ ਦੀ ਨਹੀਂ ਲੋੜ, ਸਾਨੂੰ ਜਨ ਕੀ ਬਾਤ ਦੀ ਲੋੜ ਹੈ। ਮਨ ਕੀ ਤਾਂ ਮੇਰੀ ਹੁੰਦੀ ਹੈ ਨਾ, ਇਕੱਲੇ ਦੀ, ਜਨ ਦੀ ਆ ਸਾਰਿਆਂ ਦੀ ਗੱਲ। ਤਾਂ ਉਹ ਜਿਹੜੀ ਮਾਰਕੀਟ ਓਰੀਐਂਟਡ ਗੱਲ ਹੁੰਦੀ ਹੈ ਉਹ ਜਿਹੜੀ ਹੈ ਉਹ ਵਨ ਵੇ ਬਣ ਜਾਂਦੀ ਹੈ। ਤੁਸੀਂ ਦੁਕਾਨ 'ਤੇ ਜਾ ਕੇ ਆਪਣੇ ਅਨੁਸਾਰ ਨਹੀਂ ਭਾਅ ਲਾਉਂਦੇ, ਦੁਕਾਨਦਾਰ ਤੁਹਾਨੂੰ ਦੱਸਦਾ ਕਿ ਇਹ ਹੈਗਾ ਆ, ਇਹਦੇ ਵਿੱਚ ਵੱਧ ਤੋਂ ਵੱਧ ਮੈਂ ਇਹ ਛੂਟ ਕਰ ਸਕਦਾ ਬਾਕੀ। ਤਾਂ ਇਹ ਚੀਜ਼ ਇੱਕ ਹੁਣੇ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਕਿਸ ਤਰ੍ਹਾਂ ਮਾਰਕੀਟ ਤੁਹਾਨੂੰ ਆਜ਼ਾਦੀ ਦਿੰਦੀ ਹੈ, ਇੰਪਾਵਰ ਕਰਦੀ ਹੈ, ਲੇਡੀਜ਼ ਦੀ ਐਗਜ਼ਾਮਪਲ। ਮੈਂ ਹੁਣ ਉਹਦੇ ਵਿੱਚ ਹੀ ਆਪਣੇ ਨਾਟਕ ਨੂੰ ਫਿਰ ਲੈ ਕੇ ਆਉਣਾ ਕਿ ਉਹ ਸਾਡੇ ਨਾਟਕ ਦੇ ਵਿੱਚ ਹੁੰਦਾ ਇਹ ਹੈ ਕਿ ਉਹ ਲੇਡੀ ਜਿਹੜੀ ਹੈ ਉਹ ਬਾਜ਼ਾਰ 'ਚ ਖੜ੍ਹੀ ਹੈ ਅਤੇ ਅੱਗੇ ਘਰ ਦੇ ਵਿੱਚ ਸੀ ਅਤੇ ਕੋਈ ਉੱਥੇ ਨਿਗਾਹ ਨਹੀਂ ਸੀ ਮਾਰਦਾ। ਹੁਣ ਬਾਜ਼ਾਰ 'ਤੇ ਸਾਰੇ ਜਾਣੇ ਉਹਨੂੰ ਦੇਖਦੇ ਆ, ਤੰਜ਼ ਕੱਸਦੇ, ਹੈ ਨਾ, ਜੋ ਕੰਗਣਾ ਦਾ ਵਿਚਾਰੀ ਦਾ ਹਾਲ ਕੀਤਾ ਹੋਇਆ ਉਹ ਸਾਰਾ ਕੁਛ। ਤੋ ਮਾਰਕੀਟ ਦੇ ਵਿੱਚ ਖੜ੍ਹੀ ਹੋਈ ਲੇਡੀ ਜਿਹੜੀ ਹੈ ਉਹ ਇਨਸਿਕਿਉਰ ਫੀਲ ਕਰਦੀ ਹੈ ਕਿਉਂਕਿ ਹੁਣ ਉਹ ਐਕਸਪੋਜ਼ਡ ਹੈ, ਹੈ ਨਾ। ਮੈਂ ਇਹ ਜਿਹੜਾ ਪਹਿਲਾ ਸਾਡਾ ਧਰਮ ਸੀ ਜਾਂ ਸਾਡੀਆਂ ਰਵਾਇਤਾਂ ਸੀ ਉਹਦੇ ਵਿੱਚ ਕੰਡੈਮਨੇਸ਼ਨ ਆਫ ਲੇਡੀ ਸੀ, ਔਰਤ ਨਰਕ ਦਾ ਦੁਆਰ ਹੈ, ਕੰਡੈਮ ਕਰਦੇ ਸੀ ਅਸੀਂ, ਹੈ ਨਾ। ਮਗਰ ਹੁਣ ਔਰਤ ਵਿਚਾਰੀ ਉਸ ਦੀਵਾਰਾਂ ਤੋਂ ਤਾਂ ਬਾਹਰ ਆ ਗਈ, ਪਰ ਹੁਣ ਉਹ ਕਮੋਡੀਫਿਕੇਸ਼ਨ 'ਤੇ ਆ ਗਈ। ਤੋ ਮੇਰਾ ਇੱਕ ਆਰਟੀਕਲ ਹੈ ਕੰਡਮਨੇਸ਼ਨ ਟੂ ਕਮੋਡੀਫਿਕੇਸ਼ਨ, ਠੀਕ ਹੈ। ਹੁਣ ਔਰਤ ਨੂੰ ਇੱਥੋਂ ਤੱਕ ਕਿ ਉਪਿੰਦਰ ਬਖਸ਼ੀ ਵਾਈਸ ਚਾਂਸਲਰ ਰਹੇ ਨੇ, ਉਹਨਾਂ ਹਿਊਮਨ ਰਾਈਟਸ ਦੀ ਬੁੱਕ 'ਤੇ ਉਹਨਾਂ ਨੇ ਕਿਹਾ ਮਾਰਕੀਟ ਤਾਂ ਤੁਹਾਡੀ ਮਿਜ਼ਰੀਜ਼ ਦੀ ਵੀ ਕਮੋਡੀਫਿਕੇਸ਼ਨ ਕਰਦੀ ਹੈ, ਉਹ ਤੁਹਾਡੇ ਦਰਦਾਂ ਨੂੰ ਵੀ ਵੇਚ ਲੈਂਦੀ ਹੈ,
ਠੀਕ ਹੈ। ਤੋ ਇਹ ਮਾਰਕੀਟ ਨਿਰਦਈ ਹੈ, ਔਰ ਜਦੋਂ ਅਸੀਂ ਘਰਾਂ ਤੋਂ ਬਾਹਰ ਆਉਂਦੇ ਹਾਂ ਉਦੋਂ ਅਸੀਂ ਇਨਸਿਕਿਉਰ ਹੁੰਦੇ ਹਾਂ। ਲੀਵ ਅਸਾਈਡ ਵੁਮਨ ਫੋਕ, ਮੈਂ ਬੰਦਿਆਂ ਦੀ ਵੀ ਗੱਲ ਕਰਦਾ ਕਿ ਅਸੀਂ ਬਾਹਰ ਜਦੋਂ ਜਾਂਦੇ ਹਾਂ, ਤੁਸੀਂ ਦੇਖਿਆ ਸਾਡੇ ਵਿੱਚ ਪ੍ਰਵਿਰਤੀ ਹੈ, ਬੱਚੇ ਐਡਮਿਸ਼ਨਾਂ ਲੈਣ ਆਉਂਦੇ ਆ ਹਮੇਸ਼ਾ ਦੋ ਜਣੇ ਆਉਂਦੇ, ਹੈ ਨਾ, ਮੈਡਮ ਨਾਲ ਗੱਲ ਕਰਨੀ ਤਾਂ ਦੋ ਲੜਕੀਆਂ ਆਉਂਦੀਆਂ। ਤੋ ਕਿਉਂ ਕਿਉਂ ਇੱਕ ਦੂਜੇ ਦਾ ਸਹਾਰਾ, ਅਸੀਂ ਇੰਨਾ ਇਨਸਿਕਿਉਰ ਫੀਲ ਕਰਦੇ ਹਾਂ ਘਰੋਂ ਬਾਹਰ ਜਾ ਕੇ, ਤਾਂ ਇਹ ਜਿਹੜੀ ਇਨਸਿਕਿਉਰਿਟੀ ਹੈ ਇਹ ਉਦੋਂ ਹੋਰ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਅਰਬਨਾਈਜੇਸ਼ਨ ਤੇਜ਼ੀ ਨਾਲ ਹੁੰਦੀ ਹੈ, ਜਿਹੜੇ ਮੈਟਰੋ ਸਿਟੀਜ਼ ਨੇ। ਪਿੰਡ ਦੇ ਵਿੱਚ ਕੋਈ ਲੜਕਾ ਲੜਕੀ ਨੂੰ ਛੇੜਦਾ ਤਾਂ ਪਤਾ ਹੈ ਜੀ ਇਹ ਉਹ ਫਲਾਨਿਆਂ ਦੀ ਲੜਕੀ ਹੈ ਅਤੇ ਫਲਾਨਿਆਂ ਦਾ ਲੜਕਾ, ਔਰ ਕਿਹਾ ਜਾਂਦਾ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ 'ਚ, ਠੀਕ ਹੈ। ਮਗਰ ਸ਼ਹਿਰ ਦੇ ਵਿੱਚ ਕੌਣ ਕੀ ਸੀ ਕਿੱਧਰ ਚਲਾ ਗਿਆ ਪਤਾ ਹੀ ਨਹੀਂ। ਇਸ ਕਰਕੇ ਔਰਤ ਦਾ ਵਿਕਟਮਾਈਜੇਸ਼ਨ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਵੱਧ ਗਿਆ। ਜਿੰਨੇ ਰੇਪ ਹੁੰਦੇ ਨੇ ਹੁਣ, ਜਿੰਨੇ ਵੀ ਰਿਪੋਰਟਡ, ਇਹ ਸਾਰਾ ਕੁਛ ਤੁਹਾਨੂੰ ਉਹ ਸ਼ਹਿਰਾਂ ਦੇ ਵਿੱਚ ਜ਼ਿਆਦਾ ਹੋ ਰਿਹਾ, ਕਿਉਂਕਿ ਸ਼ਹਿਰਾਂ ਦੇ ਵਿੱਚ ਉਹ ਪਾਤਰ ਬੜੀ ਸੋਹਣੀ ਬੋਲਦਾ ਹੈ ਕਿ ਪਿੰਡ ਜਿਹਨਾਂ ਦੇ ਗੱਡੇ ਚੱਲਦੇ ਨਾਲ ਚੱਲੇ ਸਰਦਾਰੀ, ਸ਼ਹਿਰ 'ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਤੋ ਇਹ ਜੋ ਸਾਡੀ ਐਂਟੀਟੀਜ਼ ਖੁਰ ਜਾਂਦੀਆਂ ਸ਼ਹਿਰਾਂ 'ਚ ਆਣ ਕੇ, ਠੀਕ ਹੈ, ਤੋ ਇਹ ਐਂਟੀਟੀਜ਼ ਜਿਹੜੀਆਂ ਖੁਰਨੀਆਂ ਇਹ ਇਨਸਿਕਿਉਰਿਟੀ ਪੈਦਾ ਕਰਦੀਆਂ। ਅੱਜ ਦੀ ਲੜਾਈ ਕਿਸਾਨਾਂ ਦੀ ਕੇਵਲ ਅਤੇ ਕੇਵਲ ਮੈਂ ਕਹੂੰਗਾ ਉਹ ਨਹੀਂ ਹੈ, ਜੋ ਹੈ ਉਹ ਡਿਸਾਈਡਿੰਗ ਫੈਕਟਰ ਨਹੀਂ ਹੈ, ਉਹ ਲੜਾਈ ਐਂਟੀਟੀਜ਼ ਦੀ ਹੈ। ਹੋਂਦ ਦੀ ਲੜਾਈ ਹੈ, ਉਹ ਹੋਰ ਢੰਗ ਨਾਲ ਉਹਨੂੰ ਐਡਰੈਸ ਗਲਤ ਕੀਤਾ ਜਾ ਰਿਹਾ। ਜੇ ਸ਼ਾਇਦ ਸਹੀ ਢੰਗ ਨਾਲ ਐਡਰੈਸ ਕੀਤਾ ਹੋਵੇ ਤਾਂ ਸ਼ਾਇਦ ਇੰਨਾ ਟਕਰਾਓ ਵੀ ਪੈਦਾ ਨਾ ਹੋਵੇ। ਸਿਰਫ ਗੱਲ ਐਡਰੈਸ ਕਰਨ ਦੀ ਹੈ ਵੀ ਇਹ ਕਿੱਥੋਂ ਬੋਲ ਰਹੇ ਆ, ਇਹ ਪਤਾ ਕਰਨ ਦੀ ਲੋੜ ਹੈ ਵੀ ਉਹ ਬੋਲ ਕਿੱਥੋਂ ਰਹੇ ਆ। ਐਨੀ ਹੋ, ਸੋ ਮੈਂ ਇਹ ਗੱਲ ਕਰ ਰਿਹਾ ਕਿ ਜਿਹੜਾ ਇਹ ਪੈਰਾਡੋਕਸ ਆਫ ਫਰੀਡਮ ਹੈ ਮਾਰਕੀਟ ਦਾ, ਕਿ ਮਾਰਕੀਟ ਤੁਹਾਡੇ ਅੰਦਰ ਇਨਸਿਕਿਉਰਿਟੀ ਜ਼ਿਆਦਾ ਪੈਦਾ ਕਰਦੀ ਹੈ। ਜੇ ਤਾਂ ਪੈਸੇ ਹੈਗੇ ਆ ਤਾਂ ਫਿਰ ਸਿਕਿਉਰ ਹੀ ਸਿਕਿਉਰ ਹੋ, ਜੇ ਪੈਸੇ ਨਹੀਂ ਤਾਂ ਫਿਰ ਕਦੀ ਦੇਖੋ ਆਪਣੇ ਸਕੂਲ ਕਾਲਜ ਦੇ ਟਾਈਮ ਦੇ ਵਿੱਚ ਜਦੋਂ ਜੇਬ 'ਚ ਕੁਛ ਨਾ ਹੋਵੇ ਤਾਂ ਕੰਟੀਨ ਜਾਣਾ ਪੈ ਜਾਵੇ ਅਤੇ ਉਦੋਂ ਬੰਦੇ ਦੇ ਚਿਹਰੇ ਤੋਂ ਪਤਾ ਲੱਗਦਾ ਹੁੰਦਾ ਵੀ ਇਹਦਾ ਪਰਸ ਖਾਲੀ ਹੈ, ਹੈ ਨਾ। ਉਹ ਇਨਸਿਕਿਉਰਿਟੀ ਕਿ ਕਿਤੇ ਮੈਨੂੰ ਨਾ ਅੱਗੇ ਕਰ ਦਿੱਤਾ ਜਾਏ, ਇਹ ਜਿਹੜੀ ਇਨਸਿਕਿਉਰਿਟੀ ਹੁੰਦੀ ਹੈ ਇਹ ਅਸੀਂ ਸਾਰੇ ਭੋਗਦੇ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੋ ਮਾਰਕੀਟ ਦਾ ਇੱਕ ਇਹ ਵੀ ਮੈਲ ਪ੍ਰੈਕਟਿਸ ਹੈਗੀ ਹੈ। ਅਤੇ ਇਸ ਤੋਂ ਇਲਾਵਾ ਮਾਰਕੀਟ ਪ੍ਰੋਫਿਟ ਓਰੀਐਂਟਡ ਹੁੰਦੀ ਹੈ, ਸਰਵਿਸ ਓਰੀਐਂਟਡ ਨਹੀਂ ਹੁੰਦੀ। ਸਟੇਟ ਸਰਵਿਸ ਓਰੀਐਂਟਡ ਹੈ, ਸਟੇਟ ਨੇ ਤੁਹਾਨੂੰ ਸੇਵਾ ਦੇਣੀ ਹੈ, ਉਹਨਾਂ ਦੀ ਬੱਸ ਚੱਲੇਗੀ ਇੱਥੋਂ ਅੰਮ੍ਰਿਤਸਰ ਦੇ ਰੋਡਵੇਜ਼ ਦੀ ਬੱਸ, ਚਾਹੇ ਦੋ ਸਵਾਰੀਆਂ ਹੋਣਗੀਆਂ ਉਹਨਾਂ ਟਾਈਮ ਸਿਰ ਚੱਲ ਜਾਣੀ। ਪ੍ਰਾਈਵੇਟ ਵਾਲੇ ਬੱਸ ਭਾਵੇਂ ਅੱਧਾ ਘੰਟਾ ਖੜ੍ਹੇ ਹੋਣ ਭਰ ਕੇ ਜਾਵਾਂਗੇ, ਨਹੀਂ ਤਾਂ ਫਿਰ ਕਹਿਣਗੇ ਭਾਅ ਜੀ ਤੁਸੀਂ ਉੱਤਰੋ ਦੂਜੀ ਬੱਸ ਬਹਿ ਜਾਓ, ਸਾਡੀਆਂ ਸਵਾਰੀਆਂ ਨਹੀਂ ਪੂਰੀਆਂ ਹੋ ਰਹੀਆਂ। ਪ੍ਰਾਈਵੇਟ ਸੈਕਟਰ ਦੀ ਤੁਹਾਡੇ ਪ੍ਰਤੀ ਜ਼ਿੰਮੇਵਾਰੀ ਕੋਈ ਨਹੀਂ ਹੈ, ਮਾਰਕੀਟ ਦੀ ਜ਼ਿੰਮੇਵਾਰੀ ਕੋਈ ਨਹੀਂ ਹੈ। ਉਹ ਜਿੱਦਣ ਹੋਵੇ ਆਪਣਾ ਸਫਾ ਉਧੇੜ ਕੇ ਉਹ ਉੱਥੋਂ ਚੱਲ ਜਾਣਗੇ। ਤੋ ਸਟੇਟ ਜਿਹੜਾ ਹੈ ਉਹ ਰਿਸਪੋਂਸੀਬਲ ਵੀ ਹੈ, ਉਹ ਸਰਵਿਸ ਓਰੀਐਂਟਡ ਵੀ ਹੈ, ਪਰ ਅੱਜ ਸਟੇਟ ਜਿਹੜਾ ਉਹ ਭੱਜ ਰਿਹਾ ਨਾ ਸਰਵਿਸ ਪ੍ਰੋਵਾਈਡ ਕਰਨ ਦੇ ਵਿੱਚ, ਚਾਹੇ ਤੁਸੀਂ ਮੈਡੀਕਲ ਉਹਦੇ ਵਿੱਚ ਦੇਖ ਲਓ, ਚਾਹੇ ਐਜੂਕੇਸ਼ਨ ਦੇ ਵਿੱਚ ਦੇਖ ਲਓ। ਤੁਹਾਨੂੰ ਸਾਨੂੰ ਕਾਲਜਾਂ ਨੂੰ ਕਿੰਨੀਆਂ ਗ੍ਰਾਂਟਾਂ ਆਉਂਦੀਆਂ, ਉਹ ਸਕੋਲਰਸ਼ਿਪ ਸਕੀਮਾਂ ਦੇ ਵਿੱਚ ਵੀ ਕਿੰਨੀਆਂ ਗ੍ਰਾਂਟਾਂ ਆਉਂਦੀਆਂ। ਸਟੇਟ ਜਿਹੜਾ ਆ ਉਹ ਸਿਰਫ ਐਲਾਨ ਕਰ ਰਿਹਾ ਪਰ ਆਪ ਪਿੱਛੋਂ ਪਿੱਛੋਂ ਭੱਜਿਆ ਹੋਇਆ। ਤੋ ਸਾਰਾ ਕੁਛ ਵੀ ਆਰ ਬੀਂਗ ਐਕਸਪੋਜ ਟੂ ਦ ਵਲਚਰਸ ਆਫ ਮਾਰਕੀਟ, ਇਹ ਪ੍ਰੋਬਲਮ ਆ ਰਹੀ ਹੈ। ਤੋ ਸਟੇਟ ਮਾਰਕੀਟ ਦੇ ਕੋਲ ਕੋਈ ਰਿਸਪੋਂਸੀਬਿਲਿਟੀ ਨਹੀਂ ਹੈ। ਫਿਰ ਸਟੇਟ ਦੇ ਵਿੱਚ ਖੂਬਸੂਰਤ ਗੱਲ ਇਹ ਹੈ ਕਿ ਸਟੇਟ ਨੂੰ ਤੁਸੀਂ ਪੁੱਛ ਸਕਦੇ ਹੋ, ਦੱਸੋ ਬਈ ਇਹ ਗੱਲ ਇੱਦਾਂ ਕਿਉਂ ਹੋਈ ਹੈ, ਹੈ ਨਾ, ਔਰ ਉਹਨਾਂ ਨੂੰ ਪਾਰਲੀਮੈਂਟ ਵਿੱਚ ਜਵਾਬ ਦੇਣਾ ਪਊਗਾ। ਸਟੇਟ ਦੀ ਹਰ ਚੀਜ਼ ਟਰਾਂਸਪੇਰੈਂਟ ਹੁੰਦੀ ਹੈ, ਰਾਈਟ ਟੂ ਇਨਫੋਰਮੇਸ਼ਨ ਹੈ ਤੁਹਾਡੇ ਕੋਲ, ਵਗੈਰਾ ਵਗੈਰਾ ਵਗੈਰਾ। ਪਰ ਮਾਰਕੀਟ ਦੇ ਵਿੱਚ ਦੋ ਖਾਤੇ ਹੁੰਦੇ ਆ, ਇੱਕ ਦਿਖਾਉਣ ਵਾਲਾ, ਇੱਕ ਅਸਲੀ ਖਾਤਾ, ਠੀਕ ਹੈ। ਮਾਰਕੀਟ ਕਦੀ ਆਪਣਾ ਬਲੂ ਪ੍ਰਿੰਟ ਤੁਹਾਨੂੰ ਨਹੀਂ ਦੱਸੇਗੀ। ਮਾਰਕੀਟ ਆਪਣੇ ਜਿਹੜੀਆਂ ਸਕੀਮਸ ਨੇ ਉਹ ਕਲੋਜ਼ਰ ਟੂ ਚੈਸਟ ਰੱਖੇਗੀ ਕਿ ਇਹ ਮੈਂ ਪੱਤੇ ਨਹੀਂ ਖੋਲ੍ਹਣੇ। ਤੋ ਮਾਰਕੀਟ ਦੇ ਅੰਦਰ ਟਰਾਂਸਪੇਰੈਂਸੀ ਨਹੀਂ ਹੈ। ਹੁਣ ਮੈਂ ਇਹ ਜਿੰਨੇ ਵੀ ਟ੍ਰੇਡਸ ਗਿਣੇ ਨੇ, ਇਹ ਟ੍ਰੇਡਸ ਤੁਸੀਂ ਦੇਖੋ ਸਟੇਟ ਵਿੱਚ ਆ ਗਏ ਨੇ, ਇਹ ਟ੍ਰੇਡਸ ਸਟੇਟ ਵਿੱਚ ਆ ਗਏ ਨੇ। ਸਟੇਟ ਵਿੱਚ ਵੀ ਹੁਣ ਟਰਾਂਸਪੇਰੈਂਸੀ ਨਹੀਂ ਰਹੀ। ਤੁਹਾਨੂੰ ਇੱਥੋਂ ਤੱਕ ਕਿ ਮੈਂ ਕੱਲ੍ਹ ਨੀਤੀ ਆਯੋਗ ਦੇ ਡਾਇਰੈਕਟਰ ਦਾ ਕਮੈਂਟ ਪੜ੍ਹ ਰਿਹਾ ਸੀ, ਚੇਅਰਮੈਨ ਦਾ ਨੀਤੀ ਆਯੋਗ ਦੇ, ਤਾਂ ਉਹ ਕਹਿੰਦਾ ਹੈ ਕਿ ਟੂ ਮੱਚ ਡੈਮੋਕ੍ਰੇਸੀ ਇਜ਼ ਡੇਂਜਰਸ ਫੋਰ ਰਿਫੋਰਮਸ। ਦੇਖੋ ਇਹ ਸਾਡਾ ਨੀਤੀ ਆਯੋਗ, ਨੀਤੀ ਆਯੋਗ ਜਿਹਨੇ ਨੀਤੀ ਬਣਾਉਣੀ ਹੈ, ਹੈ ਨਾ। ਪਲਾਨਿੰਗ ਕਮਿਸ਼ਨ ਅਤੇ ਨੀਤੀ ਦੇ ਵਿੱਚ ਬਹੁਤ ਫਰਕ ਹੈ, ਪਰ ਇਹ ਦੁੱਖ ਦੀ ਗੱਲ ਹੈ ਕਿ ਹੁਣ ਪਲਾਨਿੰਗ ਕਮਿਸ਼ਨ ਨਹੀਂ ਹੈ, ਹੁਣ ਨੀਤੀ ਆਯੋਗ ਨੇ ਲੈ ਲਿਆ। ਟਰਮਸ ਦੇ ਵਿੱਚ ਬਹੁਤ ਫਰਕ ਹੈ, ਇਹ ਬਾਅਦ ਵਿੱਚ ਕਿਤੇ ਗੱਲ ਕਰਾਂਗੇ, ਪਰ ਇੱਥੇ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਰੁਝਾਨ ਇੱਧਰ ਹੈ। ਇੱਥੋਂ ਤੱਕ ਰੁਝਾਨ ਹੈ ਕਿ ਜਦੋਂ ਸਟੇਟ ਦੇ ਕੋਲੋਂ ਕੋਈ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਸੁਪਰੀਮ ਕੋਰਟ, ਲੀਵ ਅਸਾਈਡ ਦੀਸ
ਪੈਟੀ ਕੋਰਟਸ ਥੱਲੇ ਵਾਲੇ ਕੋਰਟ ਸੁਪਰੀਮ ਕੋਰਟ ਕਹਿੰਦਾ ਹੈ ਕਿ ਸਾਡਾ ਬਰਡਨ ਬਹੁਤ ਵੱਧ ਗਿਆ ਹੈ ਅਤੇ ਇਹੋ ਜਿਹੀਆਂ ਪਟੀਸ਼ਨਾਂ ਪਾ ਕੇ ਸਾਨੂੰ ਤੰਗ ਨਾ ਕੀਤਾ ਜਾਵੇ। ਠੀਕ ਹੈ, ਤਾਂ ਸੁਪਰੀਮ ਕੋਰਟ ਇਹਨਾਂ ਨੂੰ ਦਰਕਿਨਾਰ ਕਰ ਦਿੰਦਾ ਔਰ ਚਲੋ ਜੇ ਸੁਣ ਵੀ ਲਵੇ ਤਾਂ ਉਹਨਾਂ ਦੀ ਪੈਂਡੈਂਸੀ ਇੰਨੀ ਤਕੜੀ ਹੈ ਕਿ ਤੁਹਾਡੀਆਂ ਪਟੀਸ਼ਨਾਂ ਦੀ ਵਾਰੀ ਨਹੀਂ ਆਉਣੀ ਦੋ ਦੋ ਤਿੰਨ ਦਿਨ ਸਭ। ਤਾਂ ਕਹਿਣ ਦਾ ਭਾਵ ਇਹ ਹੈਗਾ ਕਿ ਸਟੇਟ ਜਿਹੜਾ ਹੈ ਜਿਹੜਾ ਹਰ ਚੀਜ਼ ਦਾ ਜਵਾਬ ਦਿੰਦਾ ਹੁੰਦਾ ਸੀ ਹੁਣ ਉਹ ਜਵਾਬ ਦੇ ਨਹੀਂ ਮਿਲਦਾ। ਇੱਕ ਅਧਿਕਾਰ ਹੁੰਦਾ ਹੈ ਜਿਹੜਾ ਮੈਂ ਕਰ ਰਿਹਾ ਬੋਲਣ ਦਾ ਅਧਿਕਾਰ, ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਛੋਟੇ ਹੁੰਦਿਆਂ ਅਸੀਂ ਦੂਰਦਰਸ਼ਨ ਦੇਖਦੇ ਹੁੰਦੇ ਸੀ, ਹਾਲਾਂਕਿ ਉਹ ਸਟੇਟ ਕੰਟਰੋਲਡ ਹੁੰਦਾ ਸੀ ਪਰ ਉਹ ਦੂਰਦਰਸ਼ਨ ਦੇ ਅੰਦਰ ਪ੍ਰੇਮ ਚੰਦ ਦੀਆਂ ਕਹਾਣੀਆਂ ਦਿਖਾਉਂਦੇ ਸੀ, ਹੈ ਨਾ, ਉਹਦੇ ਵਿੱਚ ਰਸ਼ੀਅਨ ਕਹਾਣੀਆਂ ਦਿਖਾਈਆਂ ਜਾਂਦੀਆਂ ਸੀ ਔਰ ਅਸੀਂ ਬੜੇ ਚਾਅ ਦੇ ਨਾਲ ਵੇਟ ਕਰਦੇ ਸੀ ਵੀ ਫਲਾਣੇ ਦਿਨ ਸਾਹਿਤਯ ਦਰਸ਼ਨ ਆਉਣਾ ਅਤੇ ਅਸੀਂ ਉਹ ਕਹਾਣੀਆਂ ਦੇਖਣੀਆਂ ਅਤੇ ਬੜਾ ਮਜ਼ਾ ਹੁੰਦਾ ਸੀ। ਹੁਣ ਕਿਤੇ ਚੱਜ ਸਵਾਦ ਦੀ ਕਿਤੇ ਕੋਈ ਸੀਰੀਅਲ ਆ ਰਹੀ ਹੋਵੇ ਉਹ ਸੀਰੀਅਲ 10 ਐਪੀਸੋਡ ਨਹੀਂ ਕੱਢਦੀ ਅਤੇ ਖਤਮ ਹੋ ਜਾਂਦੀ, ਉਹ ਪਤਾ ਹੀ ਨਹੀਂ ਪੜਦੇ ਤੋਂ। ਵਾਹੀਆਤ ਸੀਰੀਅਲ ਜਿਹੜੀਆਂ ਨੇ 500 ਐਪੀਸੋਡ ਕੱਢ ਜਾਂਦੀਆਂ, ਹੈ ਨਾ। ਜਿਹੜੀ ਚੱਜ ਦੀ ਸੀਰੀਅਲ ਹੁੰਦੀ ਆ ਉਹ ਤੁਸੀਂ ਦੇਖੋਗੇ ਕਿ ਉਹ ਪਤਾ ਹੀ ਨਹੀਂ ਲੱਗਾ ਕਦੋਂ ਆਫ ਏਅਰ ਹੋ ਗਈ। ਕੀ ਹੁੰਦਾ ਹੈ? ਹੁੰਦਾ ਇਹ ਆ ਕਿ ਮਾਰਕੀਟ ਉਹਨੂੰ ਸਪੋਰਟ ਨਹੀਂ ਕਰ ਰਹੀ, ਸਪੋਂਸਰ ਨਹੀਂ ਮਿਲ ਰਹੇ ਜੀ। ਮਾਰਕੀਟ ਸੋਚੇਗੀ ਕਿ ਤੁਹਾਨੂੰ ਕੀ ਦਿਖਾਉਣਾ, ਤੁਹਾਨੂੰ ਖਿਜਣ ਵਾਲੀਆਂ ਸੀਰੀਅਲ ਦਿਖਾਈਆਂ ਜਾਣਗੀਆਂ ਜਿਹਦੇ ਵਿੱਚ ਜਿੱਤ ਕਦੀ ਨਹੀਂ ਹੋਏਗੀ ਚੰਗਿਆਈ ਦੀ। ਚੰਗਿਆਈ ਦੀ ਜਿੱਤ ਜਦ ਹੁੰਦੇ ਹੁੰਦੇ ਬੁਰਿਆਈ ਫਿਰ ਜਿੱਤ ਜਾਏਗੀ ਅਗਲਾ ਐਪੀਸੋਡ। ਠੀਕ ਹੈ, ਤਾਂ ਤੁਸੀਂ ਕੁੜਦੇ ਹੋ, ਤੁਹਾਡੇ ਅੰਦਰ ਕੁੜਨ ਪੈਦਾ ਕੀਤੀ ਜਾਏਗੀ, ਉਹ ਐਪੀਸੋਡ ਤੁਹਾਨੂੰ ਦਿਖਾਏ ਜਾਣਗੇ। ਹਿਰਸਾਂ ਪੈਦਾ ਕੀਤੀਆਂ ਜਾਣਗੀਆਂ ਉਹ ਐਪੀਸੋਡ, ਧਰਵਾਸ ਦੇਣ ਵਾਲੇ ਐਪੀਸੋਡ ਨਹੀਂ ਦਿਖਾਏ ਜਾਣਗੇ ਤੁਹਾਨੂੰ। ਜੇ ਅਸੀਂ ਅੱਜ ਸਰਕਾਰਾਂ ਦੇ ਖਿਲਾਫ਼ ਬੋਲਣ ਡਏ ਹਾਂ, ਇਹ ਬੇਈਮਾਨੀ ਗੱਲ ਹੈ, ਇਹ ਬੇਈਮਾਨੀ ਗੱਲ ਹੈ। ਗੱਲ ਇਹ ਹੈਗੀ ਹੈ ਕਿ ਪਾਰਟੀਆਂ ਦੀ ਫੰਡਿੰਗ ਕਿੱਥੋਂ ਹੁੰਦੀ ਹੈ? ਜਿਹੜਾ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ, ਪਾਰਟੀਆਂ ਦੀ ਫੰਡਿੰਗ ਕਿੱਥੋਂ ਹੁੰਦੀ ਹੈ? ਪਾਰਟੀਆਂ ਇੰਨੀ ਤਕੜੀ ਤਰ੍ਹਾਂ ਦੇ ਨਾਲ ਇਲੈਕਸ਼ਨਾਂ ਲੜਦੀਆਂ ਨੇ, ਹੈ ਨਾ, ਹਰ ਪਾਰਟੀ, ਇੱਕ ਨਹੀਂ ਹਰ ਪਾਰਟੀ, ਔਰ ਇਹੀ ਕਾਰਨ ਹੈ ਕਿ ਅੱਜ ਸਾਰੀਆਂ ਪਾਰਟੀਆਂ ਨਦਾਰਦ ਨੇ ਉਸ ਸੰਘਰਸ਼ 'ਚ। ਕਿਉਂ? ਕਿਉਂਕਿ ਕਾਰਪੋਰੇਟ ਦੇ ਖਿਲਾਫ਼ ਨਹੀਂ ਬੋਲਣਾ। ਇੱਕ ਇੱਕ ਬੰਦੇ ਤੋਂ ਥੋੜ੍ਹਾ ਸਾਨੂੰ, ਇਹਨਾਂ ਤੋਂ ਮੈਨੂੰ ਕਿੰਨਾ ਕੁ ਦਾਨ ਮਿਲ ਜਾਊਗਾ? 500, ਹੈ ਨਾ। ਮਗਰ ਮੈਨੂੰ ਕਿਸੇ ਇੱਕ ਬੰਦੇ ਦੇ ਉੱਤੋਂ 500 ਕਰੋੜ ਮਿਲ ਜਾਵੇ ਜਿਹਦੇ ਨਾਲ ਮੈਂ 1-2-3 ਕੌਂਸਟੀਟੂਐਂਸੀਆਂ ਪੂਰੀਆਂ ਖਰੀਦ ਲਵਾਂ, ਤਾਂ ਫਿਰ ਉਹ ਜ਼ਿਆਦਾ ਵਧੀਆ ਨੇ। ਇੱਕ ਬੰਦੇ ਤੋਂ ਮੈਂ ਸਾਰਿਆਂ ਨੂੰ ਕੰਟਰੋਲ ਕਰਾਂ ਬਜਾਏ ਇਸਦੇ ਕਿ ਘਰ ਘਰ ਮੈਂ ਜਾ ਕੇ ਹੱਥ ਜੋੜਾਂ। ਠੀਕ ਹੈ ਨਾ। ਤਾਂ ਇਹ ਜਦੋਂ ਤੋਂ ਇਲੈਕਸ਼ਨਸ ਜਿਹੜੀਆਂ ਨੇ ਉਹ ਇੱਕ ਬਿਜ਼ਨਸ ਬਣ ਗਈਆਂ, ਪੋਲੀਟਿਕਸ ਇੱਕ ਪ੍ਰੋਫੈਸ਼ਨ ਬਣ ਗਿਆ, ਉਦੋਂ ਤੋਂ ਇਹ ਗਿਰਾਵਟ ਆਉਣੀ ਸ਼ੁਰੂ ਹੋਈ। ਇਹ ਨਾ ਸੋਚੋ ਕਿ ਪੋਲੀਟੀਸ਼ੀਅਨਸ ਦੀ ਜ਼ਮੀਰ ਨਹੀਂ ਹੈ, ਹੈਗੀ ਹੈ। ਬਸ ਇਹ ਹੈ ਕਿ ਉਹ ਇਸ ਵੇਲੇ ਜੋ ਹਾਲਾਤ ਹੈ, ਇਹ ਹਾਲਾਤ ਕੇਵਲ ਇੰਡੀਆ ਵਿੱਚ ਨਹੀਂ ਹੈ। ਟਰੰਪ ਹਾਰਿਆ, ਤੁਸੀਂ ਇਹ ਨਾ ਸੋਚੋ ਟਰੰਪ ਹਾਰਿਆ, ਟਰੰਪ ਨੂੰ ਹਰਾਇਆ ਗਿਆ ਹੈ। ਇਹ ਨਹੀਂ ਕਿ ਕਿਸ ਤਰ੍ਹਾਂ ਹਰਾਇਆ, ਕਿੱਦਾਂ ਵੀ ਆ, ਇਹ ਸਾਰਾ ਕੁਛ ਬੈਠ ਕੇ ਡਿਸਾਈਡ ਹੁੰਦਾ, ਇਹ ਬੈਠ ਕੇ ਡਿਸਾਈਡ ਹੁੰਦਾ ਕਿ ਕਿਸ ਤਰ੍ਹਾਂ ਅਸੀਂ ਸੀਰੀਆ ਦੇ ਵਿੱਚ ਹੁਣ ਕਿੰਨੇ ਕੁ ਬੰਬ ਕਾਂਡ ਹੋਲਡ ਕਰਾਉਣੇ ਆ। ਚਲੋ ਉੱਥੋਂ ਛੱਡੋ ਹੁਣ ਆਪਣੀਆਂ ਫੋਰਸ, ਹੁਣ ਇਥੋਪੀਆ ਵਾਲਾ ਗੇਟ ਖੋਲੋ, ਹੈ ਨਾ, ਇਥੋਪੀਆ ਹੋ ਗਿਆ ਉੱਥੇ, ਅੱਛਾ ਉਹ ਬੋਕੋ ਹਰਮ ਜਿਹੜਾ ਹੈ ਨਾ ਨਾਈਜੀਰੀਆ, ਉੱਥੇ ਵੀ ਥੋੜ੍ਹਾ ਬਹੁਤ ਕੁਛ, ਸਾਰੀ ਤਮਾਮ ਦੁਨੀਆ ਨੂੰ ਇਨਗੇਜ ਰੱਖਿਆ ਹੋਇਆ, ਇੰਡੀਆ ਵਰਸਿਸ ਪਾਕਿਸਤਾਨ ਸਾਰਾ ਕੁਛ, ਇਹ ਕੌਣ ਕਰਾ ਰਿਹਾ? ਉਹ ਕੌਣ ਜਿਹੜਾ, ਉਹ ਮੈਨੂੰ ਗਾਣਾ ਯਾਦ ਆ ਗਿਆ, ਕੌਣ ਚਿੱਤਰਕਾਰ ਹੈ, ਇਹ ਕਿਹੜਾ ਬੰਦਾ? ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜਿਹੀ, ਅਰੁੰਧਤੀ ਰਾਏ, ਗੋਡ ਆਫ ਸਮਾਲ ਥਿੰਗ ਉਹਦੀ ਬੁੱਕ ਹੈ, ਉਹਨੇ ਇੱਕ ਬੁੱਕ ਲਿਖੀ ਹੈ ਲੇਮੈਨਸ ਗਾਈਡ ਟੂ ਅੰਪਾਇਰ, ਤਾਂ ਉਸ ਬੁੱਕ ਦੇ ਵਿੱਚ ਉਹਦਾ ਆਰਟੀਕਲ ਬਹੁਤ ਸੋਹਣਾ, ਆਪਣੇ ਬੱਚਿਆਂ ਨੂੰ ਪੜ੍ਹਾਓ ਇੱਦਾਂ ਦੀਆਂ ਬੁੱਕਸ, ਬਹੁਤ ਪਤਲੀਆਂ ਪਤਲੀਆਂ ਜਿਹੀਆਂ, ਤਾਂ ਕਿ ਸਾਨੂੰ ਸਮਝ ਆਵੇ ਵੀ ਹੋ ਕੀ ਰਿਹਾ। ਉਹਦੇ ਵਿੱਚ ਉਹਨੇ ਕੁਛ ਨਹੀਂ, ਮੈਂ ਕੋਈ ਉਹਨੇ ਕੋਈ ਪ੍ਰੋਪੇਗੰਡਾ ਨਹੀਂ ਬਣਾਇਆ, ਉਹਨੇ ਫੈਕਟ ਪੇਸ਼ ਕੀਤੇ ਆ। ਤੁਹਾਨੂੰ ਪਤਾ ਕਿ ਗਲਫ ਵਾਰ ਜਿਹੜੀ ਹੋਈ ਸੀ ਬਗਦਾ ਇਰਾਕ ਦੇ ਉੱਤੇ ਅਤੇ ਹੋਰ ਕੁਵੈਤ, ਅਮੈਰੀਕਾ ਨੇ ਉਹਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਸੀ ਬੁਸ਼ ਦੇ ਅੰਡਰ 'ਚ, ਤਾਂ ਉਹ ਕਮੇਟੀ ਦੇ ਵਿੱਚ ਕੌਣ ਬੰਦੇ ਸ਼ਾਮਿਲ ਸੀ? ਮਲਟੀਨੈਸ਼ਨਲ ਕੰਪਨੀਜ਼ ਦੇ ਐਕਸ CEO, ਮਲਟੀਨੈਸ਼ਨਲ ਕੰਪਨੀਜ਼ ਦੇ ਐਕਸ CEO ਉਹ ਡਿਸਾਈਡ ਕਰ ਰਹੇ ਸੀ ਵਾਰ ਸਟ੍ਰੈਟਜੀ। ਦੇਖੋ ਕਿੰਨੀ ਮਜ਼ੇਦਾਰ ਗੱਲਾਂ ਨੇ ਕਿ ਇਲੈਕਸ਼ਨਾਂ ਹੁੰਦੀਆਂ ਆ ਅਤੇ ਉਹ ਕੌਣ ਹੈ ਬੰਦਾ ਜਿਹਨੂੰ ਇਹ ਲੋਕ, ਕਦੀ ਕਾਂਗਰਸ ਹਾਇਰ ਕਰ ਲੈਂਦੀ ਆ, ਕਦੀ ਨਿਤੀਸ਼ ਕੁਮਾਰ, IITN ਆ, ਮੈਨੂੰ ਉਹਦਾ ਨਾਮ ਭੁੱਲ ਗਿਆ, ਉਹ ਕੰਪਿਊਟਰ 'ਤੇ ਬੈਠ ਕੇ ਸਾਰਾ ਤੁਹਾਡੀ ਸੋਸ਼ਲ ਇੰਜੀਨੀਅਰਿੰਗ ਕਰਦਾ ਅਤੇ ਦੱਸਦਾ ਕਿ ਕਿਸ ਤਰ੍ਹਾਂ ਜਿੱਤਣਾ। ਤਾਂ ਪੋਲੀਟੀਸ਼ੀਅਨ ਦਾ ਕੰਮ ਕੀ ਰਹਿ ਗਿਆ? ਉਹ ਲੋਕ ਉਸ ਬੰਦੇ ਨੂੰ ਹਾਇਰ ਕਰਦੇ ਨੇ, ਕਰੋੜਾਂ ਰੁਪਏ ਉਹਨੂੰ ਦਿੰਦੇ ਨੇ,
ਈਵਨ ਅਮਰਿੰਦਰ ਸਿੰਘ ਨੇ ਵੀ ਪਿਛਲੀਆਂ ਇਲੈਕਸ਼ਨਾਂ 'ਚ ਉਹਨੂੰ ਹਾਇਰ ਕੀਤਾ ਸੀ, ਇਸ ਵਾਰ ਨਿਤੀਸ਼ ਕੁਮਾਰ ਨੇ ਕੀਤਾ, ਕਈ ਵਾਰ ਉਹ ਕਿਸੇ ਪਾਰਟੀ 'ਚ ਚੱਲ ਜਾਂਦਾ, ਕਈ ਵਾਰ ਕਿਸੇ ਪਾਰਟੀ ਚੱਲ ਜਾਂਦਾ, ਤਾਂ ਉਹ ਸ਼ੇਅਰ ਬਿਜ਼ਨਸ ਹੈ। ਤਾਂ ਉਹ ਬੁਸ਼ ਦੀ ਕਮੇਟੀ ਦੇ ਵਿੱਚ ਉਹ ਬੰਦੇ ਬੈਠੇ ਹੋਏ ਜਿਹੜੇ ਪਲਾਨ ਬਣਾ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਅਟੈਕ ਕਰਨਾ ਹੈ ਔਰ ਕੀ ਹੋਏਗਾ। ਬਾਅਦ ਵਿੱਚ ਜਦੋਂ ਇਰਾਕ ਉੱਜੜ ਗਿਆ ਬੰਬਾਂ ਦੇ ਨਾਲ, ਸੜਕਾਂ ਤਬਾਹ ਹੋ ਗਈਆਂ, ਬਿਲਡਿੰਗਾਂ ਤਬਾਹ ਹੋ ਗਈਆਂ, ਸੇਮ ਕੰਪਨੀਜ਼ ਨੂੰ ਉਹਨਾਂ ਦੇ ਕੰਟਰੈਕਟ ਮਿਲੇ। ਹੁਣ ਤੁਸੀਂ ਸਮਝ ਸਕਦੇ ਹੋ ਇਹਦੇ ਵਿੱਚ ਦੱਸਣ ਵਾਲੀ ਸਮਝਾਉਣ ਵਾਲੀ ਕੋਈ ਗੱਲ ਨਹੀਂ ਹੈਗੀ, ਸੇਮ। ਔਰ ਬੁਸ਼ ਨੇ ਕੀ ਕਿਹਾ ਸੀ, ਦਿਸ ਇਜ਼ ਵਾਰ ਆਫ ਡੈਮੋਕ੍ਰੇਸੀ, ਲੋਕਤੰਤਰ ਲਈ ਲੜ ਰਹੇ ਹਾਂ, ਕਿਉਂਕਿ ਉੱਥੇ ਇੱਕ ਡਿਕਟੇਟਰ ਬੈਠਾ ਹੋਇਆ, ਅਸੀਂ ਉਹਨੂੰ ਖਤਮ ਕਰਕੇ। ਔਰ ਤੁਹਾਨੂੰ ਪਤਾ ਉਹ ਡਿਕਟੇਟਰ ਉਹਦੇ ਰਾਜ ਦੇ ਵਿੱਚ ਉਸਾਮਾ ਬਿਨ ਲਾਦਨ ਇਰਾਕ ਦੇ ਵਿੱਚ ਫਟਕ ਨਹੀਂ ਸੀ ਸਕਿਆ, ਉਹ ਇਹ ਡਿਕਟੇਟਰ ਸੀ, ਉਹ ਡਿਕਟੇਟਰ ਜਿਹਨੇ ਗੁਰਦੁਆਰਾ ਨਾਨਕ ਜੀ ਦਾ ਗੁਰਦੁਆਰਾ ਤਹਿਰਾਨ ਬਗਦਾਦ ਦੇ ਵਿੱਚ ਬਣਵਾਇਆ, ਇਹ ਉਹ ਡਿਕਟੇਟਰ ਸੀ। ਉਸ ਡਿਕਟੇਟਰ ਦੇ ਖਿਲਾਫ ਡੈਮੋਕ੍ਰੇਸੀ ਦੀ ਲੜਾਈ ਹੋ ਰਹੀ ਸੀਗੀ, ਸਦਾਮ ਦੇ ਖਿਲਾਫ ਕਿ ਡੈਮੋਕ੍ਰੇਸੀ। ਔਰ ਕਹਿੰਦੇ ਜੀ ਇਹਨਾਂ ਕੁਛ ਦੇਸ਼ਾਂ ਨੂੰ ਸਾਨੂੰ ਡੈਮੋਕ੍ਰੇਸੀ ਸਿਖਾਉਣੀ ਹੈ। ਤੁਹਾਨੂੰ ਪਤਾ ਇੱਥੇ ਪਹਿਲਾਂ ਕਿਹੜੀ ਸੱਭਿਅਤਾ ਹੁੰਦੀ ਸੀ, ਮੈਸੋਪੋਟਾਮੀਅਨ ਸੱਭਿਅਤਾ। ਉਸ ਸੱਭਿਅਤਾ ਦੇ ਪੁਰਾਣੇ ਜਦੋਂ ਕੱਢੇ ਜਾਂਦੇ ਆ ਦਸਤਾਵੇਜ਼, ਤਾਂ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਅਧਿਕਾਰਾਂ ਦੀ ਗੱਲ ਕੀਤੀ, ਆਦਮੀ ਦੇ ਅਧਿਕਾਰ, ਔਰਤ ਦੇ ਅਧਿਕਾਰ, ਅਤੇ ਉਹਨਾਂ ਨੇ ਟਰਾਂਸਜੈਂਡਰ ਦੇ ਅਧਿਕਾਰਾਂ ਨੂੰ ਵੀ ਬਿਆਨ ਕੀਤਾ ਹੈ ਨਾ। ਖਵਾਜਾ ਸਰਾਗ ਜਿਹਨਾਂ ਨੂੰ ਅਸੀਂ ਖੁਸਰੇ ਕਹਿ ਰਹੇ ਨੇ, ਉਹਨਾਂ ਦੇ ਅਧਿਕਾਰਾਂ ਦੀ ਵੀ ਗੱਲ ਇਰਾਕ ਦੀ ਪੁਰਾਣੀ ਸੱਭਿਅਤਾ ਦੇ ਵਿੱਚ ਹੋਈ ਹੈ। ਔਰ ਤੁਸੀਂ ਸੰਸਕ੍ਰਿਤ ਪੜ੍ਹੋ ਆਪਣੀ, ਸੰਸਕ੍ਰਿਤ ਦੇ ਵਿੱਚ ਜਦੋਂ ਟੈਂਸ ਯਾਦ ਕਰਦੇ ਹੁੰਦੇ ਹਾਂ ਅਸੀਂ, ਅਤੇ ਫਿਰ ਅਸੀਂ ਲਿੰਗ ਯਾਦ ਕਰਦੇ ਹਾਂ, ਇਸਤਰੀ ਲਿੰਗ, ਪੁਰਲਿੰਗ, ਅਤੇ ਟਰਾਂਸਜੈਂਡਰ ਲਿੰਗ ਦੀ ਅਲੱਗ ਗਰਾਮਰ ਬਣਾਈ ਹੋਈ ਹੈ ਸੰਸਕ੍ਰਿਤ ਦੇ ਵਿੱਚ। ਅਸੀਂ ਯਾਦ ਕਰਦੇ ਹੁੰਦੇ ਸੀ ਕਰਤੀ ਕਰਤਾ ਕ੍ਰੰਤੀ ਇਸ ਤਰ੍ਹਾਂ ਕਰ ਕਰਕੇ, ਤਾਂ ਉਹ ਉਹਦੇ ਵਿੱਚ ਔਰਤ ਨੂੰ ਕੀ ਬੋਲਣਾ, ਉਹ ਗਈ ਸੀ ਬੰਦੇ ਨੂੰ, ਉਹ ਗਿਆ ਸੀ, ਮਗਰ ਥਰਡ ਜੈਂਡਰ ਦੇ ਲਈ ਉਹਨਾਂ ਨੇ ਅਲੱਗ ਟਰਮ ਰੱਖੀ ਹੋਈ। ਮਤਲਬ ਸਾਡੀਆਂ ਪੁਰਾਣੀਆਂ ਸੱਭਿਅਤਾਵਾਂ ਕਿੱਥੇ ਪਹੁੰਚੀਆਂ ਹੋਈਆਂ ਸੀ, ਅਤੇ ਸਾਨੂੰ ਇਹ ਡੈਮੋਕ੍ਰੇਸੀ ਅਤੇ ਰਾਈਟਸ ਸਿਖਾਉਣਗੇ, ਠੀਕ ਹੈ। ਤਾਂ ਉਹਦੇ ਵਿੱਚ ਹੋਰ ਬੜੀ ਮਜ਼ੇਦਾਰ ਗੱਲਾਂ ਕਿ ਜਦੋਂ ਇਰਾਕ 'ਤੇ ਹਮਲਾ ਹੋਇਆ ਅਤੇ ਡਿਸਾਈਡ ਹੋਇਆ, ਲਿਸਟ ਬਣੀ ਕਿ ਜਦੋਂ ਹਮਲਾ ਹੋਣਾ ਕਿਹੜੀਆਂ ਕਿਹੜੀਆਂ ਬਿਲਡਿੰਗਾਂ ਦਾ ਧਿਆਨ ਰੱਖਣਾ ਹੈ ਨਾ, ਆਹ ਨਹੀਂ ਟੁੱਟਣੀ ਚਾਹੀਦੀ, ਆਹ ਨਹੀਂ ਟੁੱਟਣੀ ਚਾਹੀਦੀ, ਔਰ ਉਹਦੇ ਵਿੱਚ ਕੀ ਟੁੱਟਣਾ ਚਾਹੀਦਾ, ਕਿਸੇ ਦੇਸ਼ 'ਤੇ ਹਮਲਾ ਕਰੋ ਅਤੇ ਉੱਥੇ ਸਾਨੂੰ ਸਭ ਤੋਂ ਜ਼ਿਆਦਾ ਟਾਰਗੇਟ ਕਿਹੜਾ ਹੋਣਾ ਚਾਹੀਦਾ, ਮਿਲਟਰੀ ਏਰੀਆਸ, ਠੀਕ। ਉਸ ਤੋਂ ਬਾਅਦ ਵਿੱਚ ਜੇ ਲੋੜ ਪਵੇ ਤਾਂ ਫੈਕਟਰੀਆਂ ਇੰਡਸਟਰੀ ਤਬਾਹ ਕਰੋ, ਕਿਉਂਕਿ ਉਹਨਾਂ ਨੂੰ ਕਮਜ਼ੋਰ ਕਰਨਾ। ਉਸ ਤੋਂ ਬਾਅਦ ਵਿੱਚ ਜੇ ਲੋੜ ਪਵੇ ਸੜਕਾਂ, ਕਿਉਂਕਿ ਉਹਨਾਂ ਦੀ ਟਰਾਂਸਪੋਰਟੇਸ਼ਨ ਰੋਕਣੀ ਹੈ। ਜੇ ਮੌਜੂਦਾ ਜ਼ਿੰਦਗੀ ਅਸੀਂ ਤਬਾਹ ਕਰ ਦਿੱਤੀ ਤਾਂ ਫਿਰ ਇੱਕੋ ਚੀਜ਼ ਬਚਦੀ ਹੈ ਕਿ ਅਸੀਂ ਉਹਨਾਂ ਦੀ ਪੁਰਾਣੀ ਜ਼ਿੰਦਗੀ ਨੂੰ ਨਹੀਂ ਟੱਚ ਕਰਨਾ, ਉਹਨਾਂ ਦੇ ਅਜਾਇਬ ਘਰ ਨਹੀਂ ਟੱਚ ਕਰਨੇ, ਹੈ ਨਾ। ਮਗਰ ਇਰਾਕ ਦੇ ਵਿੱਚ ਉਹ ਲਿਸਟ ਦੇ ਵਿੱਚ ਸਭ ਤੋਂ ਥੱਲੇ ਸੀ ਮਿਊਜ਼ੀਅਮਸ। ਇਰਾਕ ਦੇ ਵਿੱਚ ਮਿਊਜ਼ੀਅਮ ਤੋੜੇ ਗਏ ਸਭ ਤੋਂ ਪਹਿਲਾਂ, ਪੁਰਾਣੇ ਉਹ ਸੱਭਿਅਤਾ ਨੂੰ ਬਰਬਾਦ ਕੀਤਾ ਗਿਆ। ਮੈਨੂੰ ਬਲੂ ਸਟਾਰ ਯਾਦ ਆ ਜਾਂਦਾ ਜਦੋਂ ਸਾਡੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਤੋੜੇ ਗਏ। ਤਾਂ ਕਹਿਣ ਦਾ ਭਾਵ ਹੋਏਗਾ ਕਿ ਦੁਸ਼ਮਣ ਜਾਂ ਸਟੇਟ ਜਿਹੜਾ ਆ ਉਹ ਕਿੱਥੇ ਹਮਲੇ ਕਰਦਾ ਹੈ। ਮੇਰਾ ਇਹ ਸਾਰੇ ਲੈਕਚਰ ਦਾ ਕੰਮ ਕੋਈ ਤੁਹਾਡੇ ਅੱਗੇ ਥੀਸਿਸ ਰੱਖਣਾ ਨਹੀਂ, ਸਿਰਫ ਸੈਂਸਟਾਈਜ਼ ਕਰਨਾ ਸੀ ਕਿ ਹਾਲਾਤ ਇਸ ਤਰ੍ਹਾਂ ਦੇ ਨੇ। ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਮਾਰਕੀਟ ਓਪਰੇਟ ਕਿੱਦਾਂ ਕਰਦੀ ਹੈ, ਮੈਂ ਹੁਣੇ ਇਲੈਕਸ਼ਨ ਦੀ ਗੱਲ ਕੀਤੀ। ਇੱਕ ਹੋਰ, ਅੱਜ ਤੋਂ 200 ਸਾਲ ਪਹਿਲਾਂ ਤੋਂ ਬਸਤੀਵਾਦ, ਕਲੋਨਲਿਜ਼ਮ ਆਇਆ, ਫਿਰ ਹੁਣ ਨਿਊ ਕਲੋਨਲਿਜ਼ਮ ਆਇਆ, ਫਿਰ ਇਸ ਤਰ੍ਹਾਂ ਦੀਆਂ ਕੁਛ ਚੀਜ਼ਾਂ ਨੇ ਜਿਹਦੇ ਜ਼ਰੀਏ ਮਾਰਕੀਟ, ਇੱਥੋਂ ਤੱਕ ਕਿ ਤੁਸੀਂ ਸਾਡਾ ਸਾਰਾ ਮੀਡੀਆ, ਅਖਬਾਰਾਂ, ਇਹ ਸਭ ਮਾਰਕੀਟ ਦੁਆਰਾ ਇਸ ਵੇਲੇ ਕੰਟਰੋਲਡ ਨੇ। ਤਾਂ ਉੱਥੇ ਕਿੰਨੀ ਕੁ ਸੁਤੰਤਰ ਗੱਲ ਹੋ ਜਾਏਗੀ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤਾਂ ਲੜਨਾ ਕਿੱਦਾਂ ਇਹਦੇ ਨਾਲ, ਹੁਣ ਆਪਾਂ ਉਹਦੀ ਗੱਲ ਕਰੀਏ। ਤੁਸੀਂ ਨਹੀਂ ਲੜ ਸਕਦੇ ਕਾਰਪੋਰੇਟ ਨਾਲ, ਨਹੀਂ ਲੜ ਸਕਦੇ। ਤੁਹਾਡੇ ਫੋਨ ਦੇ ਵਿੱਚ ਤੁਹਾਨੂੰ ਇਸ ਵੇਲੇ ਤੁਹਾਡੀ ਸਾਰੀ ਜਾਣਕਾਰੀ ਫੋਨ ਦੇ ਵਿੱਚ ਮੌਜੂਦ ਹੈ, ਔਰ ਇਹ ਕਾਰਪੋਰੇਟ ਦੇ ਕੋਲ ਹੈ ਤੁਹਾਡਾ, ਤੁਹਾਡੀ ਸਾਰੀ ਜਾਣਕਾਰੀ, ਤੁਸੀਂ ਤੁਹਾਡੀ ਕਲੈਂਡਸਟਾਈਨ ਲਾਈਫ ਜਿਹੜੀ ਹੈ, ਤੁਹਾਡੀ ਲੁਕਵੀਂ ਜ਼ਿੰਦਗੀ ਵੀ ਉਹਨਾਂ ਨੂੰ ਪਤਾ ਹੈ, ਤੁਹਾਡੇ ਭਰਾ ਨੂੰ ਭਾਵੇਂ ਪਤਾ ਨਾ ਹੋਵੇ, ਠੀਕ ਹੈ। ਤੋ ਕਾਰਪੋਰੇਟ ਤੁਹਾਡੇ 'ਤੇ ਐਡੀ ਵੱਡੀ ਪੱਧਰ 'ਤੇ, ਅੱਜ ਉਹ ਵੀ ਕਰੋਨਾ ਹੋ ਕੇ ਗਿਆ ਹੈ, ਇਹ ਪੂਰਾ ਇੱਕ ਲੈਕਚਰ ਮੰਗਦਾ ਹੈ ਕਿ ਐਲਬਰ ਕਾਮੂ
ਦੀ ਪਲੇਟ ਦੀ ਕਹਾਣੀ ਤੋਂ ਲੈ ਕੇ ਅਤੇ ਫਿਰ ਕਿਸ ਤਰ੍ਹਾਂ ਫੂਕੋ ਨੇ ਇਹ ਸਾਰਾ ਦੱਸਿਆ, ਇਹ ਸਾਰੀਆਂ ਇੱਕ ਕਿਤੇ ਫਿਰ ਮੌਕਾ ਮਿਲਿਆ ਅਤੇ ਇਹ ਕੋਵਿਡ ਕਰੋਨਾ ਦੇ ਵਿੱਚ ਸਟੇਟ ਦਾ ਰੋਲ ਇਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਪਰ ਮੈਂ ਇਹ ਦੱਸ ਰਿਹਾ ਕਿ ਤੁਸੀਂ ਨਹੀਂ ਲੜ ਸਕਦੇ, ਤੁਸੀਂ ਕੀੜੇ ਮਕੌੜੇ ਹੋ। ਜੇ ਅਸੀਂ ਜਿਹੜਾ ਮਾਰਕੀਟ ਦਾ ਹੁੰਦਾ ਆ, ਮਾਰਕੀਟ ਦੀ ਇੱਕ ਅਨੋਮਲੀ ਹੋਰ ਵੀ ਆ, ਉਹ ਐਟੋਮਿਸਟਿਕ ਸੁਸਾਇਟੀ ਸਿਰਜਦਾ। ਐਟੋਮਿਸਟਿਕ ਸੁਸਾਇਟੀ ਮਤਲਬ ਕਿ ਇਹ ਇੱਥੋਂ ਅਲੱਗ ਹੈ, ਉਹ ਉੱਥੋਂ ਅਲੱਗ ਹੈਗੇ, ਇਕੱਠੇ ਬੈਠੇ ਲੱਗ ਰਹੇ, ਇਸ ਵੇਲੇ ਤੁਹਾਨੂੰ ਇਕੱਠੇ ਰਿਹਾ, ਪਰ ਅਸੀਂ ਸਾਰੇ ਇੱਕ ਦੂਜੇ ਤੋਂ ਅਲੱਗ ਹਾਂ। ਘਰ ਦੇ ਵਿੱਚ ਵੀ ਹੁੰਦੇ, ਅਸੀਂ ਫੈਮਿਲੀ ਹਾਂ, ਪਰ ਅਸੀਂ ਇੱਕ ਦੂਜੇ ਤੋਂ ਅਲੱਗ ਹਾਂ। ਇੱਥੋਂ ਤੱਕ ਕਿ ਟੀਵੀ ਵੀ ਸਾਡੇ ਕਈ ਅਲੱਗ ਅਲੱਗ ਹੋਣ ਲੱਗ ਪਏ, ਪਹਿਲਾਂ ਤਾਂ ਤੌਲੀਏ ਤੋਂ ਗੱਲ ਸ਼ੁਰੂ ਹੋਈ ਸੀ। ਇਸ ਕਰਕੇ ਤੁਸੀਂ ਜੇ ਧਿਆਨ ਦਿੱਤਾ ਹੋਵੇ ਤਾਂ ਪੁਰਾਣੇ ਕਨਵੈਨਸ਼ਨਲ ਧਰਮਾਂ ਦੀ ਜਗ੍ਹਾ ਨਵੇਂ ਡੇਰੇ ਬਹੁਤ ਪੈਦਾ ਹੋ ਗਏ, ਔਰ ਡੇਰਿਆਂ ਦੇ ਵਿੱਚ ਮਾਰਕੀਟ ਖੁੱਲ੍ਹ ਕੇ ਲੰਗਰ ਵਰਤਾਉਂਦੀ ਹੈ। ਸਸਤੇ ਕੋਕ, ਸਸਤਾ ਸਸਤਾ, ਉੱਥੇ ਮਾਰਕੀਟ ਖੁਸ਼ ਹੈ, ਠੀਕ ਹੈ। ਤਾਂ ਮਾਰਕੀਟ ਦਾ ਟਾਰਗੇਟ ਹੁੰਦਾ ਆ ਸੁਸਾਇਟੀ ਨੂੰ ਤੋੜੋ, ਫਿਰ ਹੋਰ ਤੋੜੋ, ਫਿਰ ਹੋਰ ਤੋੜੋ, ਇਹਨੂੰ ਉੱਤੋਂ ਅਲੱਗ ਕਰ ਦਿਉ ਸਾਰਿਆਂ ਤੋਂ। ਕਿਉਂ? ਕਿਉਂਕਿ ਮੈਂ ਇਕੱਠਿਆਂ ਨੂੰ ਕੋਈ ਚੀਜ਼ ਵੇਚੂੰਗਾ, ਉਹ ਨਹੀਂ ਵਿਕੇਗੀ, ਇਹਨਾਂ ਨੂੰ ਮੈਂ ਅਲੱਗ ਤੋਂ ਦੱਸੂਗਾ ਉਹ ਚੀਜ਼ ਦੀ। ਮਾਰਕੀਟ ਕਹਿੰਦੇ ਆ ਕਿ ਤੁਸੀਂ ਸੇਲਸਮੈਨ ਹੋ ਜਿਹੜਾ ਗੰਜੇ ਨੂੰ ਕੰਘੀ ਵੇਚ ਦੇਵੇ, ਹੈ ਨਾ। ਅਤੇ ਜੇ ਸਾਰੇ ਗੰਜੇ ਇਕੱਠੇ ਹੁਣ ਸ਼ਾਇਦ ਨਾ ਖਰੀਦਣ, ਮਗਰ ਇਕੱਲੇ ਨੂੰ ਕਰਕੇ ਮੈਂ ਕਹੂੰਗਾ ਵਾਲ ਉੱਗ ਜਾਣਗੇ ਇਹਦੇ ਵਿੱਚ, ਉਹ ਜ਼ਰੂਰ ਖਰੀਦ ਲਏਗਾ। ਤਾਂ ਉਹ ਮਾਰਕੀਟ ਦਾ ਟਾਰਗੇਟ ਹੁੰਦਾ ਹੈ, ਇੱਕ ਦੂਜੇ ਤੋਂ ਤੋੜ ਕੇ ਫਿਰ ਪ੍ਰਹਾਰ ਕਰੋ। ਤਾਂ ਇਸ ਕਰਕੇ ਸਟੇਟ ਵੀ ਤੋੜਿਆ ਜਾ ਰਿਹਾ, ਸਟੇਟ ਨੂੰ ਹੌਲੀ ਹੌਲੀ ਸਾਈਡ 'ਤੇ ਧਕੇਲਿਆ ਜਾ ਰਿਹਾ। ਔਰ ਇਹਦੇ ਵਿੱਚ ਛੱਡੋ, ਇਹਦੇ ਵਿੱਚ ਮੇਰੇ ਵਰਗਾ ਇੰਟੈਲੀਜੈਂਸੀਆ ਵੀ ਸ਼ਾਮਿਲ ਹੈ, ਵਿਦਵਾਨ ਲੋਕ ਵੀ ਕਹਿੰਦੇ ਸਿਵਲ ਸੁਸਾਇਟੀ ਨੂੰ ਲਿਆਓ ਸਟੇਟ ਨੂੰ ਇੱਕ ਵਾਰ। ਉਹ ਸਿਵਲ ਸੁਸਾਇਟੀ ਦਾ ਕੰਸੈਪਟ ਡਿਬੇਟ ਅਲੱਗ ਹੈ, ਉਹ ਫਿਰ ਅਸੀਂ ਕਿਤੇ ਗੱਲ ਕਰਾਂਗੇ। ਤਾਂ ਸਟੇਟ ਨੂੰ ਅਸੀਂ ਮਾਰਜਿਨ 'ਤੇ ਲੈ ਕੇ ਜਾ ਰਹੇ, ਹਾਸ਼ੀਏ 'ਤੇ ਲੈ ਕੇ ਜਾ ਰਹੇ, ਔਰ ਇਸੇ ਤਰ੍ਹਾਂ ਕਾਨੂੰਨਾਂ ਨੂੰ ਵੀ ਹਾਸ਼ੀਏ 'ਤੇ ਲੈ ਕੇ ਜਾਇਆ ਜਾ ਰਿਹਾ। ਤਾਂ ਇਹ ਮਾਰਕੀਟ ਦੀ ਸਟ੍ਰੈਟਜੀ ਹੁੰਦੀ ਹੈ ਤੁਹਾਨੂੰ ਇੱਕ ਦੂਜੇ ਤੋਂ ਤੋੜਨਾ। ਅਤੇ ਇੱਥੇ ਲਾਸਟ ਵਿੱਚ ਮੈਂ ਚਾਈਨੀਜ਼ ਸਕਾਲਰ ਕਨਫਿਊਸ਼ੀਅਸ ਉਹਦੀ ਗੱਲ ਕਰਾਂਗਾ। ਉਹ ਕਹਿੰਦਾ ਹੈ, ਦੇਖੋ ਹਜ਼ਾਰਾਂ ਸਾਲ ਪਹਿਲਾਂ ਉਹਨੇ ਗੱਲ ਕੀਤੀ ਕਿ ਮੈਂ ਤੁਹਾਨੂੰ ਮਿੱਟੀ ਬਣਾਉਣਾ ਚਾਹੁੰਦਾ ਹਾਂ, ਰੇਤਾ ਨਹੀਂ। ਰੇਤੇ ਦੇ ਕਣ ਇਕੱਠੇ ਹੁੰਦੇ ਨੇ ਪਰ ਇੱਕ ਦੂਜੇ ਨਾਲ ਜੁੜੇ ਨਹੀਂ ਹੁੰਦੇ, ਤਾਂ ਜ਼ਰਾ ਜੀ ਹਵਾ ਚੱਲਦੀ ਹੈ ਤਾਂ ਉੱਡ ਜਾਂਦੇ ਆ। ਰੇਤੇ ਦੇ ਕਣ ਦੇ ਵਿੱਚ ਕੁਛ ਵੀ ਬੀਜੋ ਨਹੀਂ ਉੱਗਦਾ, ਪਰ ਮਿੱਟੀ ਦੇ ਕਣ ਇੱਕ ਦੂਜੇ ਨਾਲ ਜੁੜੇ ਹੁੰਦੇ ਆ, ਇੰਨੀ ਜਲਦੀ ਨਹੀਂ ਹਵਾ ਦੇ ਨਾਲ ਕਿ ਪਾਣੀ ਨਾਲ ਵੀ ਨਹੀਂ ਜਾਂਦੇ, ਅਤੇ ਉਪਜਾਊ ਵੀ ਹੁੰਦੇ ਆ। ਸੁਸਾਇਟੀ ਦੀ ਕੋਹੈਸਿਵਨੈਸ ਪਰਿਵਾਰਾਂ ਤੋਂ ਸ਼ੁਰੂ ਹੋ ਜਾਏਗੀ, ਇਹ ਬਣਾ ਕੇ ਰੱਖੀਏ, ਜਿਹੜੀਆਂ ਕਲੈਕਟਿਵ ਵੈਲਿਊਜ਼ ਨੇ ਉਹਨਾਂ ਨੂੰ ਸਾਂਭ ਕੇ ਰੱਖੀਏ। ਦਿੱਲੀ 'ਚੋਂ ਮੈਨੂੰ ਕੋਈ ਮੈਸੇਜ ਨਹੀਂ ਹੋਰ ਇੰਨਾ ਤਕੜਾ ਮਿਲ ਰਿਹਾ, ਮੈਨੂੰ ਨਹੀਂ ਪਤਾ ਵੀ ਉਹ ਕਾਨੂੰਨ ਬਣਨਗੇ ਨਹੀਂ ਬਣਨਗੇ, ਮੈਂ ਉਹਦੇ ਨਾਲ ਸਰੋਕਾਰ ਨਹੀਂ ਹੈ। ਮੇਰਾ ਸਰੋਕਾਰ ਸਿਰਫ ਇੰਨਾ ਹੈ ਕਿ ਜਿਸ ਢੰਗ ਦੇ ਨਾਲ ਲੋਕ ਉੱਥੇ ਵਿਚਰ ਰਹੇ ਨੇ ਸਾਂਝੇ ਉਹਦੇ ਵਿੱਚ, ਉਹ ਇੱਕ ਮੈਨੂੰ ਲੱਗਦਾ ਕਿ ਇਹ ਦੁਬਾਰਾ ਪੰਜਾਬ ਨੇ ਸਾਹ ਲਿਆ ਹੈ। ਇੰਨਾ ਹੀ ਦਿੱਲੀੋਂ ਕੁਛ ਨਾ ਲੈ ਕੇ ਆਉਣ, ਇਹੀ ਕੁਛ ਵਾਪਸ ਪੰਜਾਬ 'ਚ ਲੈ ਆਉਣ ਨਾ, ਜੇ ਜਿਹੜੀ ਚੀਜ਼ ਭੁਰੀ ਜਾ ਰਹੀ ਸੀ ਸਾਡੀ, ਅਤੇ ਫਿਰ ਅਸੀਂ ਜਿਉਂਦੇ ਹੋ ਜਾਵਾਂਗੇ। ਤਾਂ ਇਹ ਨਾਲ ਹੀ ਮੈਂ ਆਪਣਾ ਬਾਣੀ ਨੂੰ ਵਿਰਾਮ ਦਿੰਦਾ। ਥੈਂਕ ਯੂ ਜੀ। ਸੋ ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਕਾਲਜ ਦੇ ਪ੍ਰਿੰਸੀਪਲ ਮੈਮ ਡਾਕਟਰ ਹਰਪ੍ਰੀਤ ਕੌਰ ਹੋਰਾਂ ਨੂੰ ਕਿ ਉਹ ਆ ਕੇ ਸਰ ਹੋਰਾਂ ਦਾ ਧੰਨਵਾਦ ਕਰਨ। ਬਹੁਤ ਹੀ ਸਤਿਕਾਰਤ ਡਾਕਟਰ ਦਵਿੰਦਰ ਸਿੰਘ ਜੀ, ਅੱਜ ਤੁਸੀਂ ਸਾਡੇ ਕਾਲਜ 'ਚ ਆਏ ਹੋ। ਮੈਂ ਬਹੁਤ ਜ਼ਿਆਦਾ ਸਰ ਦੇ ਬਾਰੇ ਸੁਣਿਆ ਹੋਇਆ ਸੀਗਾ ਕਿ ਬਹੁਤ ਹੀ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ, ਐਂਡ ਆਪਣੀ ਜਿਹੜੀ ਉਹਨਾਂ ਦੀਆਂ ਥੋਟਸ ਨੇ ਉਹਨਾਂ ਨੂੰ ਬੜੇ ਹੀ ਸਰਲ ਤਰੀਕੇ ਦੇ ਨਾਲ ਹਮੇਸ਼ਾ ਹੀ ਉਹ ਲੋਕਾਂ ਤੱਕ ਪਹੁੰਚਾ ਦਿੰਦੇ ਨੇ, ਸਟੂਡੈਂਟਸ ਤੱਕ ਪਹੁੰਚਾ ਦਿੰਦੇ ਨੇ। ਤਾਂ ਅੱਜ ਮੈਨੂੰ ਲੱਗਾ ਕਿ ਮੌਕਾ ਹੈ, ਤਾਂ ਮੈਂ ਸਰ ਨੂੰ ਰਿਕੁਐਸਟ ਕੀਤੀ, ਤਾਂ ਉਹਨਾਂ ਨੇ ਇੱਕ ਮਿੰਟ ਵੀ ਨਹੀਂ ਲਗਾਇਆ, ਉਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਆਵਾਂਗਾ। ਤਾਂ ਸਰ ਥੈਂਕ ਯੂ, ਤੁਸੀਂ ਸਾਡਾ ਸੱਦਾ ਪ੍ਰਵਾਨ ਕੀਤਾ। ਲੋਟ ਟੂ ਲਰਨ ਫਰੋਮ ਹਿਮ, ਤੁਸੀਂ ਦੇਖਿਆ ਹੋਣਾ ਕਿ ਜੋ ਇੱਕ ਟੀਚਰ ਨੂੰ ਹੋਣਾ ਚਾਹੀਦਾ, ਹਿਸਟਰੀ ਸੀ, ਫਿਲਾਸਫੀ ਸੀ, ਪੋਲੀਟੀਕਲ ਸਾਇੰਸ ਸੀ, ਵੈਲਿਊਜ਼ ਸੀ, ਰਿਲੀਜਨ, ਕੋਈ ਵੀ ਆਸਪੈਕਟ ਲੈ ਲਓ, ਉਹਨਾਂ ਸਾਰੀਆਂ ਜਿਹੜੀਆਂ ਟ੍ਰੈਜੈਕਟਰੀ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਕਿੱਦਾਂ ਲਿਆ ਕੇ ਇੱਕ ਥਾਂ 'ਤੇ ਇਕੱਠਾ ਕਰਕੇ ਅਤੇ ਆਪਣਾ ਜਿਹੜਾ ਸੰਦੇਸ਼ ਦਿੱਤਾ, ਆਈ ਥਿੰਕ ਕਿ ਸਾਨੂੰ ਇਹ ਸੰਦੇਸ਼ ਲੈ ਕੇ ਜਾਣਾ ਚਾਹੀਦਾ, ਐਂਡ ਇਹ ਆਪਣੀਆਂ ਫੈਮਿਲੀਜ਼ ਦੇ ਵਿੱਚ, ਆਪਣੇ ਵਰਕ ਪਲੇਸਿਸ ਦੇ ਵਿੱਚ ਟੂਗੈਦਰ ਵੀ ਸਟੈਂਡ ਵਾਲੀ ਜਿਹੜੀ ਗੱਲ ਉਹਨਾਂ ਨੇ ਮੈਸੇਜ ਦਿੱਤਾ, ਉਹ ਚੀਜ਼ ਜਿਹੜੀ ਹੈ ਅਸੀਂ ਸਰ ਜ਼ਰੂਰ ਇਸ ਨੂੰ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਅਪਣਾਵਾਂਗੇ। ਇੱਕ ਕਹਾਵਤ ਹੈਗੀ ਹੈ ਕਿ ਇਫ ਯੂ ਇਟਸ ਬੈਟਰ ਟੂ ਲਾਈਟ ਅ ਕੈਂਡਲ ਦੈਨ ਟੂ ਕਰਸ ਡਾਰਕਨੈਸ, ਬਿਕੋਜ਼
नो डाउट समटाइम्स डार्कनेस इट बिकम्स वेरी स्ट्रोंग बट इट कैन नॉट ब्लो अवे द कैंडल। ओदी जड़ी लाइट है जिन्ना मर्जी नेरा हो जाए कैंडल दी लाइट जड़ी है वो जगदी ही रहनी है। तो सब ने इको एक अज लाइट जगा दिती है साडे च एक अवेयरनेस क्रिएट कीती है। तो बहुत ही खुशी हुई है कि सर तुसी सानू इन्ने सरल तरीके नाल इन्ने दृष्टांतां दे नाल एंड मैनू सर जसमेल तुहाडा स्टूडेंट है तो मैनू कई कई वारी हुण अज लगन लग गया सी कि जो जसमेल दा कई वारी जिहड़ा स्टाइल हुंदा ना ही हैज इंबाइब्ड इट फ्रॉम यू ओदे विच भी वो चीज़ा उस तरह के आ जांदियां ने गल्लां। तो मैनू पूरी उम्मीद है कि सर असी तुहानू आने वाले समय च जल्दी जल्दी तंग करिया करांगे तो तुसी इस टाइम सानू छोटे छोटे लैक्चर्स जिहड़े ने उन्हां दे विच आके सानू जिहड़ा है ऑनर करोगे। थैंक यू सो मच सर तुहाडा भी सारिआं दा बहुत थैंक यू। पूनम प्रीत डॉक्टर गुरजीत पूनम प्रीत रमन सारिआं दा।